जी दोस्तों, बहुत अच्छे दबंग अच्छे उस्ताद का अज तुहानू इंटरव्यू कराने। इंशाल्लाह सारे दोस्त साढ़े नाल जुड़े रहो, साडा इंटरव्यू सुनो, बहुत अच्छी अच्छी गल्लां, अच्छे अच्छे मशवरे तो बहुत अच्छी कबूतरबाजी दसांगे उस्ताद इजाज़ साहब। चलो जी उस्ताद इजाज़ साहब तो जी अस्सलाम वालेकुम जी, सब दोस्तों वीरां भरावां नूं जी, चढ़दे पंजाब वालेयां नूं सत श्री अकाल, ते लहिंदे पंजाब वालेयां नूं जी अस्सलाम वालेकुम जी। असीं अज उस्ताद इजाज़ शाह 54 12 जी तहसील चीचावरने ज़िला साहिवाल जी, बहुत अच्छे उस्ताद तो बड़े चंगे कबूतर डाल लेंदे ने जी, बहुत ज़्यादा तजर्बा। बाबे सुलेमान जट दे कबूतरां बारे भी बहुत अच्छा नॉलेज रखते हैं उस्ताद जी, तो कबूतरबाजी में बहुत अच्छा हैंडल करते हैं, कबूतर मोड़ दे विच बहुत अच्छा इन्हों का हाथ है मोड़ का जी। तो जिहड़े साढ़े इस इलाके दे विच दूर दूर तक वड्डे वड्डे शिकारी ने, सब शिकारियों के नाल ना आउंदा है, ठीक है। पुराने शिकारियों के बाबा सुलेमान जट हो गया, बाबा हैदर सरदार सदीक साहब उन्हों का नाँ सी, तो साढ़े अजकल दे सन 2022 या 2025 तो ला के अज तक उस्ताद इजाज़ शाह का नाँ बहुत अच्छा चलता है जी। जिथे कबूतरबाजी का उस्ताद इजाज़ शाह का नाँ नहीं आता, इस हिसाब किताब इन्ह शिकारियों नवयां दे विच उत्थे कबूतरबाजी पूरी नहीं होंगी, ठीक है। इंशाल्लाह तुहानू उस्ताद का तारफ भी कराने, उस्ताद मोड़ दे विच बड़े अच्छे कबूतर डाल लैंदे ने, पहले दिन के भी बहुत अच्छे खिलाड़ी ने जी, तो बड़िया चंगिया गल्लां ते बड़े चंगे तुहानू सलाह मशवरे देंगे। इंशाल्लाह उस्तादा को कोई अच्छी टिप लै के भी तुहानू देंगे किसी बारे भी, तो उस्तादा नाल राबता करने। अस्सलाम वालेकुम उस्ताद जी। सुनाओ उस्ताद जी, अपना शौक शिकार किवें जा रहा है जी? माशाल्लाह चंगा जा रहा है उस्ताद जी, बड़ा तुहाडा नाम सुनिया, बड़े कबूतरबाजी चंगी करदे हो, जिथे भी गए हैं जिहड़ी जगह ते भी गए हैं तुहाडा ही नाम सुनिया, तुहाडा ही जिक्र सुनिया जी। बस जी अल्लाह ताला दी मेहरबानी जी, उन्हां दा नाम ही नाम साडा गा रहा है। किवें किवें शौक कीता सन 2022 च ते 21 च? 22 च भी अच्छा शौक होया, ते 21 च भी अच्छा शौक। किथे किथे कबूतर डाए, जिवें जिवें कबूतर डाए अपना उह दस्सो माड़ा एंट्रियां पॉइंट। ਅਸੀਂ ਤਕਰੀਬਨ ਬਹੁਤ ਜੀ ਜਗ੍ਹਾ 'ਤੇ ਐਤਕੀ 2 ਸਾਲ ਤੋਂ ਡੱਲਣ ਬੰਗਲੇ ਉਡਾ ਰਹੇ ਹਾਂ। ਡੱਲਣ ਬੰਗਲੇ? ਹਾਂਜੀ। ਉੱਥੇ ਕਿਵੇਂ ਕਬੂਤਰ ਆਪਣੇ ਉੱਡ ਰਹੇ ਨੇ, ਕਿੰਨਾ ਮੋਢੇ, ਕਿੰਨੇ ਕਿੰਨੇ ਕਬੂਤਰ ਉੱਡਦੇ ਨੇ ਉੱਥੇ? ਕਬੂਤਰਾਂ ਦੀ ਬਾਜੀ ਸਾਡੀ ਉੱਡਦੀ ਆ ਤਕਰੀਬਨ 7-8 ਪੁਆਇੰਟ ਉੱਡਦਾ ਹੁੰਦਾ ਸੀ। ਅੱਛਾ ਜੀ। ਦੋਸਤ ਉਹਨਾਂ ਦੀ ਬਾਜੀਆਂ, ਆਪਣੇ ਤਾਂ ਮੇਨ ਬਾਜੀਆਂ ਘਰ ਹੀ ਹੁੰਦੀਆਂ ਜੀ, ਨਾਲ ਨਾਲ 2-4 ਪਿੰਡਾਂ 'ਚ ਹੁੰਦੀਆਂ ਜੀ। ਇਹ ਦੋਸਤ ਮੁਕਾਮੀ ਬਾਜੀਆਂ ਬੜੀ ਦੇਰ ਤੋਂ ਹਾਰ ਰਹੇ ਸੀਗੇ ਜੀ, ਅਤੇ ਉੱਥੇ ਜਾ ਕੇ ਅਸੀਂ ਇਹ ਸਾਨੂੰ ਲੈ ਕੇ 99 ਵਾਲੇ ਬੇਬੇ ਦੇ ਸ਼ਗਿਰਦ ਉਹਨਾਂ ਨੇ ਤਾਰਫ ਕਰਾਇਆ ਜੀ, ਕਿ ਸ਼ਾਹ ਸਾਹਿਬ ਨੂੰ ਲੈ ਜਾਓ ਜੀ। ਉਹ ਫਿਰ ਉਹਨਾਂ ਕੋਲ ਗਏ ਅਸੀਂ 2 ਸਾਲ, ਪਿਛਲੇ ਸਾਲ ਵੀ ਅਸੀਂ ਪੁਆਇੰਟ ਵਿਨ ਹੋਏ ਉੱਥੋਂ ਜੀ, ਅਤੇ ਇਸ ਸਾਲ ਵੀ ਬਾਜੀਆਂ ਸੀ ਸਾਡੀਆਂ ਜੀ, ਪੁਆਇੰਟ ਵੀ ਸੀਗੇ, ਵਿੱਚੋਂ 2 ਪੁਆਇੰਟ ਉੱਡੇ ਅਤੇ ਬਾਕੀ ਸਭ ਭੱਜ ਭੁੱਜ ਗਿਆ ਜੀ। ਫਿਰ ਆਖਰੀ ਬਾਜੀਆਂ ਜਿਹੜਾ 4-5-6 ਬਾਜੀਆਂ ਉੱਡੀਆਂ, ਜਿਹਨਾਂ ਦਾ ਮੁਖਾਲਫ ਉੱਡਦੀਆਂ ਸੀ ਜੀ, ਸੁਥਰੀਆਂ ਬਾਜੀਆਂ ਉੱਡੀਆਂ ਜੀ। ਅਖੀਰ ਬਾਅਦ 'ਚ ਉਹਨਾਂ ਦੇ ਜਾਨਵਰ ਜਿਹੜੇ 2-4 ਚੰਗੇ ਸੀ ਨਾ ਜੀ, ਉਹ ਹਰ ਗਿਆ ਅਤੇ ਮਰ ਵੀ ਗਿਆ ਜੀ, ਉਹ ਤੋਂ ਬਾਅਦ ਉਹ ਭੱਜ ਗਿਆ ਜੀ। ਉਹਨਾਂ ਬਾਜੀਆਂ ਅਗਲੀਆਂ 3 ਨਹੀਂ ਉਡਾਈ ਜੀ, ਉਹ ਤੋਂ ਬਾਅਦ ਫਿਰ ਅਸੀਂ ਆ ਕੇ ਆਪਣੇ ਪਿੰਡ ਹੀ ਮੁਕਾਮੀ ਉਡਾਈ। ਅੱਛਾ ਜੀ। ਯਾਨੀ ਕਿ ਅੱਛਾ ਸ਼ੌਂਕ ਹੋਇਆ ਆਪਣੇ ਪਿੰਡ, ਬਹੁਤ ਅੱਛਾ ਰਿਜ਼ਲਟ ਰਿਹਾ ਰਿਜ਼ਲਟ, ਠੀਕ ਹੈ। ਆਪਣੇ ਪਿੰਡ ਤੁਸੀਂ ਕਹਿਰੀਆਂ ਬਾਜੀਆਂ ਡਾਂਦੇ ਹੋ ਜਾਂ ਦੜਿਆਂ 'ਚ ਡਾਂਦੇ ਸੀ? ਸਾਡੀਆਂ ਦਰਅਸਲ 54 ਜੇ ਬਾਜੀਆਂ ਹੱਥ ਖੜੇ ਦੀ ਉੱਡਦੀਆਂ ਰਹੀਆਂ, ਕਹਿਰੀਆਂ ਬਾਜੀਆਂ ਦਾ ਮਸ਼ਹੂਰ ਆ ਸਾਡਾ ਜ਼ਿਆਦਾ ਪਿੰਡ, ਠੀਕ ਹੋ ਗਈ। ਕਹਿਰੀਆਂ ਉੱਡਦੇ ਰਹੇ, ਕਿਹੜੇ ਦੌਰ 'ਚ ਆਪਣੀ ਹੱਥ ਖੜੇ ਦੀਆਂ ਉੱਡਦੀਆਂ ਰਹੀਆਂ? ਆਪਣੇ ਇਹ ਚੱਲਦੇ ਰਹੇ 94-95 ਦੇ ਵਿੱਚ ਬਾਜੀਆਂ, ਸਨ 94-95 'ਚ ਬਾਜੀਆਂ ਡਾਂਦੇ ਰਹੇ ਹੱਥ ਖੜੇ ਕਰ ਖੜੇ ਕਰਨੇ, ਅਤੇ ਕਿੰਨਾ ਕਿੰਨਾ ਮੁੱਢ ਹੁੰਦਾ ਸੀ ਉਦੋਂ? ਉਦੋਂ ਦੇ ਬਾਅਦ ਤਕਰੀਬਨ ਮੁੱਢ ਜ਼ਿਆਦਾਤਰ 500 ਰੁਪਏ ਮੁੱਢ ਹੁੰਦਾ, 500 ਰੁਪਏ, ਹਾਂ ਠੀਕ। ਉੱਦਾਂ ਫਿਰ ਅਦਾਵਤ ਦੀ ਬਾਜੀ ਦੇ ਵਿੱਚ ਰੁਪਈਆ ਬਹੁਤ ਲੱਗ ਜਾਂਦਾ ਸੀ, ਜਿੱਦਾਂ ਬੰਦਾ ਆਪਣੇ ਆਪ ਨੂੰ ਲਾ ਦਿੰਦਾ ਸੀ ਜੋ ਕੁਛ, ਇਹੀ ਕੁਛ ਹੁੰਦਾ ਸੀ ਬੰਦੇ ਕੋਲ। ਅਤੇ ਸੁਥਰੀਆਂ ਬਾਜੀਆਂ ਉੱਡੀਆਂ, ਅੱਛਾ ਜੀ, ਅਤੇ 60-60 ਬਾਜੀਆਂ ਵੀ ਇੱਕ ਸੀਜ਼ਨ 'ਚ ਉੱਡੀਆਂ, ਸਹੀ। ਅਤੇ ਮੁਖਾਲਫ ਵੀ ਅੱਛੇ ਸੀਗੇ, ਅਤੇ ਗਾਂ ਆਪਣੀ ਪਾਰਟੀ ਗਰੁੱਪ ਬੰਦੀ ਹੋ ਜਾਂਦੀ ਸੀ ਕਿ ਅੱਧਾ ਪਿੰਡ ਇੱਕ ਪਾਸੇ ਅੱਧਾ ਇੱਕ ਪਾਸੇ, ਕਿਉਂਕਿ ਸਾਰੇ ਪਿੰਡ ਨੂੰ ਸ਼ੌਂਕ ਹੋ ਗਏ ਬਾਜੀਆਂ ਜਦੋਂ ਇੰਨੀਆਂ ਉੱਡਣੀਆਂ, ਉਹ ਆਟੋਮੈਟਿਕ ਜਿਹੜਾ ਬੰਦਾ ਨਹੀਂ ਵੀ ਇੰਟਰਸਟ ਰੱਖਦਾ ਨਾ, ਉਹ ਵੀ ਇਹਦੇ ਵਿੱਚ ਸ਼ਾਮਿਲ ਹੋ ਜਾਂਦਾ ਸੀ, ਉਹ ਪਾਰਟੀ ਬੰਦੀ ਬਣ ਜਾਂਦੀ ਸੀ ਮੇਰੀ ਉਹ ਪਾਰਟੀ ਤੋਂ। ਅਤੇ ਬਾਜੀਆਂ ਬਾਜੀਆਂ ਹੁੰਦੀਆਂ ਸੀ, ਪਤਾ ਵੀ ਸੀਜ਼ਨ ਦੀ ਗਰਮੀ ਦਾ ਪੂਰਾ ਸੀਜ਼ਨ ਬਾਜੀਆਂ, ਅਤੇ ਕਦੀ ਹਾਰ ਜਾਣਾ ਕਦੀ ਜਿੱਤ ਜਾਣਾ, ਯਾਨੀ ਕਿ ਅੱਛੇ ਪੁਆਇੰਟ ਬਾਜੀਆਂ ਉੱਡਣੀਆਂ, ਲੋਕਾਂ ਦੇ ਹਾਰ ਜਿੱਦਾਂ ਹੋ ਜਾਣੀ ਆ ਸਾਡੇ ਪਿੰਡ 'ਚ ਬਾਜੀ ਦੇਖਣ ਨੂੰ, ਆਸੇ ਪਾਸੇ ਹਾਰ ਜਿੱਤ ਹੋ ਜਾਣੀ ਤੁਹਾਡੇ ਪਿੰਡ 'ਚ, ਕਹਿਰੀ ਬਾਜੀ ਦੀ ਹਾਰ ਜਿੱਤ ਇੰਨੀ ਲੰਮੀ ਹੋਣੀ ਬੰਦਾ ਸੋਚ ਵੀ ਨਹੀਂ ਸਕਦਾ। ਦੋ ਸੌ ਰੁਪਏ ਦੀ ਮੁੱਢ ਹੁੰਦਾ ਸੀ, 200 ਰੁਪਏ ਦੀ ਮੁੱਢ ਹੁੰਦੀ ਸੀ, ਬਾਅਦ ਚੀਜ਼ਾਂ ਸ਼ਹਿਰ 'ਚ, ਅੱਛਾ ਜੀ, 4-5 ਸੌ ਗਾੜੀ ਹੁੰਦੇ ਸੀ, ਹਾਂਜੀ, ਤੇ ਇਹ 500 ਦੀ ਉੱਡਦੀ ਸੀ, ਹਜ਼ਾਰ ਦੀ ਵੀ ਉੱਡਦੀ ਹੈ, ਯਾਨੀ ਕਿ ਉਸ ਵਕਤ 500 ਰੁਪਈਆ, ਯਾਨੀ ਕਿ 500 ਰੁ
ਜ਼ਮੀਨ ਖਰੀਦ ਲੈਂਦੇ ਸੀ ਕਿੰਨਾ ਰੁਪਏ ਦਾ? ਅੱਛਾ ਜੀ, 500 ਦੀ ਬਹੁਤ ਜ਼ਿਆਦਾ ਅਹਿਮੀਅਤ ਸੀ ਜੀ। ਪਿੱਛੇ ਚਲ ਜਾਓ, ਇੱਥੋਂ 30 ਸਾਲ ਪਿੱਛੇ ਨਾ ਕਰੰਸੀ ਨੂੰ ਤੁਸੀਂ ਜਿਹੜਾ ਪਿੱਛੇ ਕਰੋ ਉਸ ਹਿਸਾਬ ਨਾਲ ਤੁਸੀਂ ਚੈੱਕ ਕਰੋ ਕਿ ਉਸ ਵਕਤ 100 ਰੁਪਏ ਕਿੰਨੀ ਅਹਿਮੀਅਤ ਰੱਖਦੇ। ਮਾਸ਼ਾਅੱਲਾ ਜੀ, ਉਦੋਂ ਉਸਤਾਦ ਜੀ ਉਰਦੂ ਬਾਜ਼ੀਆਂ। ਅਤੇ ਮੈਂ ਇੱਕ ਹੋਰ ਬਹੁਤ ਨੌਲੇਜ ਕੀਤਾ ਜੀ, ਮੈਂ ਬੜੇ ਦੂਰ ਦੂਰ ਤੁਹਾਡੇ ਆਸੇ ਪਾਸੇ ਇੰਟਰਵਿਊ ਕਰਕੇ ਆਇਆ ਜੀ। ਜਿਹੜੇ ਜੇ ਪਿੰਡ ਜਾਂਦੇ ਉੱਥੇ ਜੀ ਕਹਿੰਦੇ ਸੀਗੇ ਉਸਤਾਦ ਜਹਾਜ਼ ਸ਼ਾਹ ਦੇ, ਜਿਹੜੇ ਪਿੰਡ ਉਸਤਾਦ ਜਹਾਜ਼ ਸ਼ਾਹ ਦਾ ਡਾ ਰਹੇ ਨੇ, ਠੀਕ ਹੈ, ਬੜੀ ਬੜੀ ਦੂਰ। ਮਾਸ਼ਾਅੱਲਾ, ਤੁਹਾਡੇ ਇੰਨੇ ਸ਼ਾਗਿਰਦ ਨੇ ਉਸਤਾਦ ਜੀ? ਹਾਂ, ਸ਼ਾਗਿਰਦ ਤਾਂ ਬਹੁਤ ਕਰਦੇ ਨੇ, ਹੁਣ ਤਾਂ ਸ਼ਾਗਿਰਦ ਹੀ ਇੰਨੇ ਹੈਗੇ। ਹੁਣ ਕੋਈ ਤਲੁਕਾਤ ਵਾਲਾ ਵੀ ਆ ਜਾਂਦਾ, ਜਿਸ ਤਰ੍ਹਾਂ ਬੰਦਾ ਬੇਲੀ ਆ, ਉਹ ਉਸਤਾਦ ਜੀ ਕਹਿੰਦਾ ਉਹ ਸ਼ਾਗਿਰਦ ਹੀ ਹੁੰਦਾ ਜਿਹੜਾ ਬੰਦਾ ਆ ਜਾਂਦਾ ਚਾਹ ਦਿੰਦਾ। ਜ਼ਰੂਰੀ ਨਹੀਂ ਕਿ ਸ਼ਾਗਿਰਦ ਹੋਵੇ ਤਾਂ ਰਿਸ਼ਤਾ ਜ਼ਿਆਦਾ ਗਹਿਰਾ ਹੁੰਦਾ ਜੀ। ਜ਼ਿਆਦਾਤਰ ਦੋਸਤਾਨਾ ਤੌਰ 'ਤੇ ਵੀ ਕਬੂਤਰ ਬੇਲੀ ਕੋਈ ਵੀ ਲੈ ਗਿਆ ਜੇ, ਮੈਂ ਕਦੀ ਨਹੀਂ ਮੋੜਿਆ। ਅੱਛਾ ਜੀ, ਚਲੋ ਯਾਰ, ਜਿੱਥੇ 1-2 ਬਣਨੇ, 4 ਬਣਨੇ, 10 ਬਣਨੇ ਕਈ ਵੀ ਸੀ, ਅਤੇ ਉਹਦਾ ਵੀ ਛੱਡ ਦੇਣਾ, ਉਹ ਅੱਲਾਹ ਤਾਲਾ ਨੇ ਉਹਨੂੰ ਜਿਤਾ ਦੇਣਾ, ਨਾ ਸਾਡਾ ਚੱਲਣਾ, ਅੱਲਾਹ ਦੀ ਮਿਹਰਬਾਨੀ ਨਾਲ ਹੀ ਹੁੰਦਾ ਜੀ। ਬੰਦੇ ਦੇ ਵਿੱਚ ਤਾਂ ਕੁਛ ਨਹੀਂ, ਬਾਕੀ ਇਹ ਜੀ ਕੋਸ਼ਿਸ਼ ਇਹ ਕਰੋ ਕਿ ਜਾਨਵਰ ਜਿੰਨੀ ਸਫਾਈ ਨਾਲ ਤਿਆਰ ਕੀਤਾ ਜਾਵੇ, ਜੇ ਉਨੀ ਸਫਾਈ ਨਾਲ ਬਣਾਇਆ ਜਾਵੇ ਨਾ ਜਾਨਵਰ ਸੁਥਰਾ ਜੀ, ਤੁਸੀਂ ਉਹਦੇ ਨਾਲ ਜਾਸਤੀ ਕਰੋਗੇ। ਇੱਕ ਤਾਂ ਰਾਤ ਨੂੰ ਤੁਸੀਂ ਉਹਨੂੰ ਪਤਾ ਨਹੀਂ ਕੀ ਕੁਛ ਦਿੰਦੇ, ਕਈ ਸ਼ਿਕਾਰੀ ਦਿੰਦੇ ਆ, ਉਹਨੂੰ ਕਬੂਤਰ ਨੂੰ ਤਾਂ ਰਾਤ ਨੂੰ ਹੀ ਖਤਮ ਕਰ ਦਿੰਦੇ, ਜਿਹੜਾ ਕਬੂਤਰ ਰਾਤ ਨੂੰ ਚਰਬੀ ਚਲਾਉਣ ਲੱਗ ਗਿਆ ਉਹਨੂੰ ਇੰਨਾ ਕੁਛ ਦੇ ਕੇ ਤਾਂ ਉਹਨੇ ਸੁਬਾਹ ਚਰਬੀ ਕਿੱਥੋਂ ਲਿਆਉਣੀ ਹੈ? ਅੱਛਾ ਉਸਤਾਦ ਜੀ, ਇਹ ਕਈ ਦੋਸਤ ਵੀ ਪੁੱਛਦੇ ਨੇ ਕਬੂਤਰ ਗਰਮ ਕਰਨ ਦਾ ਤਰੀਕਾ, ਕਬੂਤਰ ਗਰਮ ਕਰਦੇ ਨੇ ਸਮਝ ਨਹੀਂ ਲੱਗਦੀ, ਕਬੂਤਰ ਅੱਗੇ 4-4, 5-5 ਵਜੇ ਦੀਆਂ ਫੜਕਾਂ ਹੁੰਦੀਆਂ, ਜਦੋਂ ਕਬੂਤਰ ਗਰਮ ਕਰੀਦਾ 11-12 ਵਜੇ ਘੱਟ ਜਾਂਦਾ। ਇਹ ਦੋਸਤ ਵੇਖਣ ਵਾਲਿਆਂ ਨੂੰ ਕੋਈ ਨੌਲੇਜ ਦਿਓ, ਮਸ਼ਵਰਾ ਦਿਓ, ਤੁਸੀਂ ਸੀਜ਼ਨ 'ਚ 4-4, 5-5 ਬਾਜ਼ੀ ਡਾਲਦੇ ਹੋ, ਠੀਕ ਹੈ? ਮੈਂ ਸੁਣਿਆ ਵੀ ਹੈ ਅਤੇ ਮੈਨੂੰ ਯਕੀਨ ਵੀ ਹੈ ਜੀ, ਅਤੇ ਇਹ ਗੱਲ ਤੁਸੀਂ ਮਾੜਾ ਜਿਹਾ ਸਾਨੂੰ ਰੋਸ਼ਨੀ ਪਾਓ ਇਸ ਗੱਲ 'ਤੇ ਜੀ। ਇੰਨੀ ਪਰਵਾਜ਼ ਵਾਲੇ ਕਬੂਤਰ ਨੂੰ ਤਾਂ ਗਰਮ ਕਰਨਾ ਨਹੀਂ ਚਾਹੀਦਾ। ਅੱਛਾ ਜੀ, ਉਸ ਕਬੂਤਰ ਨੂੰ ਤੁਸੀਂ ਨਾਰਮਲ ਜਦੋਂ ਤੁਸੀਂ ਸਾਂਭਦੇ ਉਸ ਤਰੀਕੇ ਨਾਲ, ਗਰਮ ਤਰੀਕੇ ਨਾਲ ਸਾਂਭੋ ਜੀ। ਕਬੂਤਰ ਨੂੰ ਜ਼ਿਆਦਾ ਜ਼ਿਆਦਾ ਗਰਮ ਕਰਨਾ, ਪਤਲਾ ਜਿਹਾ ਗਰਮ ਕਰੋ ਕਬੂਤਰ ਨੂੰ ਵੀ, ਕਬੂਤਰ ਖੁੱਲ੍ਹ ਵਜੂਦ ਖੁੱਲ੍ਹ ਜੀ ਜੀ। ਅੱਜ ਕੱਲ੍ਹ ਤਾਂ ਮੈਡੀਸਨ ਇਸਤੇਮਾਲ ਕਰਦੇ ਲੋਕ, ਤਾਂ ਉਹੀ ਬੜੀ ਗਰਮ ਹੁੰਦੀ, ਤੁਸੀਂ ਸਾਦੇ ਪਾਣੀ ਨਾਲ ਦੇ ਦਿਓ ਜੀ। ਤੁਸੀਂ ਗਰਮ ਕਰਨ ਦੀ ਕਿਹੜੀ ਲੋੜ ਹੈ ਜੇ ਇਹਨਾਂ ਚੀਜ਼ਾਂ ਨਾਲ ਸਾੜਨਾ ਉਹਨੂੰ ਜੀ, ਉਹਨੂੰ ਤੁਸੀਂ ਜੇ ਗਰਮ ਕਰਨਾ ਤਾਂ ਰਾਤ ਨੂੰ ਉਹਨੂੰ ਇਸਤੇਮਾਲ ਨਾ ਕਰੋ। ਹਾਂਜੀ ਜੀ, ਵੀ ਮੈਡੀਸਨ ਵੀ ਇੰਨੀ ਗਰਮ ਹੈ, ਰਾਤੀ ਗਰਮ ਵੀ ਕਬੂਤਰ ਇੰਨਾ ਕਰ ਦਿੰਦੇ ਨੇ, ਕਬੂਤਰ ਜਿੱਥੇ 4 ਘੰਟੇ ਪ੍ਰਵਾਸ ਕਰਨੀ ਹੈ ਉਹ 2 ਘੰਟੇ ਗਰਮ ਕੀਤੇ ਨਾਲ ਖੁਰ ਜਾਂਦਾ, 2 ਘੰਟੇ ਗੋਲੀ ਨਾਲ ਖੁਰ ਜਾਂਦਾ, ਕਬੂਤਰ ਆਟੋਮੈਟਿਕ ਘੱਟ ਜਾਂਦਾ। ਦੇਖੋ, ਇੱਕ ਜਾਨਵਰ ਦੀ ਪ੍ਰਵਾਜ ਇੰਨੀ ਹੈਗੀ, ਹਾਂਜੀ, ਤੁਸੀਂ ਉਹਨੂੰ ਵਿਚਾਰਾ ਇੱਕ ਤਾਂ ਉਸ ਦਿਨ ਗੇੜਿਆਂ ਵਾਲੇ ਦਿਨ 3-4 ਵਜੇ ਬਹਿੰਦਾ ਜੀ, ਠੀਕ ਆ, ਉਹਦਾ ਤਾਂ ਅੱਧਾ ਪਾਣੀ ਉਦੋਂ ਮੁੱਕ ਜਾਂਦਾ, ਕਬੂਤਰ ਦਾ ਪਾਣੀ ਕਰਨ ਵਾਸਤੇ 2 ਦਿਨ ਚਾਹੀਦੇ ਜੀ। ਅਗਲੇ ਦਿਨ ਜੋ ਰਾਤ ਪੈਂਦੀ ਹੈ ਤੁਸੀਂ ਉਹਨੂੰ ਢੱਕ ਦਿੰਦੇ ਹੋ, ਗਰਮ ਇੰਨਾ ਕਰ ਦਿੰਦੇ ਹੋ, ਉਹ ਪਾਣੀ ਸਾਰਾ ਉਹਦਾ ਨਿਚੜ ਜਾਂਦਾ, ਉਹ ਗਰਮੀ 'ਚ ਕੀ ਉਡੂਗਾ? ਕੋਈ ਨਹੀਂ, ਉਹਨੇ ਮਰ ਜਾਣਾ, ਉਹਨੇ ਮਰਨਾ ਹੀ, ਠੀਕ ਹੈ ਨਾ? ਤੁਸੀਂ ਇਹ ਦੇਖੋ, ਉਸ ਜਾਨਵਰ ਨੂੰ ਤੁਸੀਂ ਗਰਮ ਕਰੋ ਜਿਹੜਾ ਕਬੂਤਰ ਜਿਸਮ 'ਚ ਪਾਣੀ ਆ, ਕਬੂਤਰ ਮੋਟਾ ਜਿਸਮ ਉਹਦਾ, ਉਹਨੂੰ ਕਬੂਤਰ ਨੂੰ ਤੁਸੀਂ ਢਾਕ ਦਿਓ ਜਿਹੜਾ ਵਜੂਦ ਉਹਦਾ ਖੁੱਲ੍ਹ ਜੇ, ਜਿਹਦਾ ਵਜੂਦ ਹੀ ਖੁੱਲ੍ਹਾ ਆਇਆ ਉਹਨੂੰ ਢਾਕ ਕੇ ਅਤੇ ਮਾਰਨ ਵਾਲੀ ਗੱਲ, ਜਿੰਨਾ ਗਰਮ ਕਰੋਗੇ ਨਾ ਤੁਸੀਂ ਗਰਮੀ ਦੇ ਵਿੱਚ, ਜਿੰਨਾ ਗਰਮ ਕਰੋਗੇ ਉਨਾ ਨੁਕਸਾਨ। ਕਬੂਤਰ ਨੂੰ ਨਾਰਮਲ ਜਿਹਾ ਗਰਮ ਕਰੋ, ਉਸ ਹਿਸਾਬ ਨਾਲ ਢਾਕ ਦਿਓ ਜਿਹੜਾ ਇਹਦਾ ਥੋੜ੍ਹਾ ਜਿਹਾ ਪਸੀਨਾ ਆ ਜਾਵੇ, ਇਹ ਨਾ ਉਹਦਾ ਪਾਣੀ ਤੁਸੀਂ ਪਕਾ ਸਕੋ, ਜ਼ਿਆਦਾ ਦੇਰ ਨਾ ਢੱਕੋ। ਅੱਜ ਕੱਲ੍ਹ ਤਾਂ ਵੈਸੇ ਨਹੀਂ ਢੱਕਣਾ ਚਾਹੀਦਾ, ਹਾਂਜੀ, ਉਹਦੀ ਵਜ੍ਹਾ ਇਹ ਲੋਕ ਮੈਡੀਸਨ ਇਸਤੇਮਾਲ ਕਰ, ਤੁਸੀਂ ਨਾਰਮਲ ਜਾਂ ਗੇੜਿਆਂ ਵਾਲੇ ਦਿਨ ਗਰਮ ਕਰ ਲਓ ਕਬੂਤਰ, ਆਉਂਦੇ ਨੂੰ ਨਾ ਬਦਾਮ ਬਦੂਮ ਦੇਣ ਤੋਂ ਪਹਿਲਾਂ ਪਤਲਾ ਜਿਹਾ ਗਰਮ ਕਰੋ, ਉਹਨੂੰ 5-7 CC ਪਾਣੀ ਦੇ ਕੇ, ਘੰਟੇ ਕੁ ਬਾਅਦ ਉਹਨੂੰ ਰਿਲੈਕਸ ਕਰਕੇ ਬਦਾਮ ਦਿਓ। ਅਗਲੇ ਦਿਨ ਤੁਸੀਂ ਕਬੂਤਰ ਨੂੰ ਜਿਸ ਤਰ੍ਹਾਂ ਤੁਸੀਂ ਛੱਡ ਦਿਓ, ਜਿਹੜੇ ਟਾਈਮ ਪੜ੍ਹ ਦਿਓ, ਤੁਹਾਡੀ ਆਪਣੀ ਮਰਜ਼ੀ, ਤੁਹਾਡਾ ਕਬੂਤਰ ਕਿਸ ਤਰ੍ਹਾਂ ਮੰਗਦਾ, ਜਿਹੜੀ ਤੁਸੀਂ ਗੋਲੀ ਦੇਣੀ ਆ ਤਾਂ ਇਸ ਹਿਸਾਬ ਨਾਲ ਗਰਮ ਕਰੋ, ਸੁਬਾਹ ਗੋਲੀ ਦੇ ਕੇ ਛੱਡ ਦਿਓ ਕਬੂਤਰ, ਤੁਹਾਡਾ ਪਰਵਾਜ਼ ਤੁਹਾਡੇ, ਯਾਨੀ ਕਿ ਆਪਣੀ ਪਰਵਾਜ਼ ਤੋਂ 1-1.5 ਘੰਟਾ ਵਧੇ ਜੀ। ਜੇ ਤੁਸੀਂ ਉਹਨੂੰ ਗਰਮ ਜ਼ਿਆਦਾ ਕਰੋਗੇ, ਗੋਲੀ ਦਿਓਗੇ, ਕਬੂਤਰ ਘੱਟ ਜਾਏਗਾ, ਅਗਲੀ ਆਪਣੀ ਪਰਵਾਜ਼ ਛੱਡ ਜਾਏਗਾ ਜੀ, ਜਲਦੀ ਖਤਮ ਹੋ ਜਾਏਗਾ, ਮੁੱਕ ਜਾਏਗਾ, ਮਰਨ ਦੇ ਵੀ ਚਾਂਸ ਆ ਦੇ, ਕਿਉਂਕਿ ਇਨਸਾਨ ਹੋਵੇ ਜਾਂ ਜਾਨਵਰ ਹੋਵੇ ਜੀ, ਜਦੋਂ ਇਹਦਾ ਪਾਣੀ ਖੁਸ਼ਕ ਹੋ ਗਿਆ ਨਾ ਜਾਨਵਰ ਦਾ ਜਾਂ ਬੰਦੇ ਦਾ, ਉਦੋਂ ਮਰਨ ਦੇ ਚਾਂਸ ਹੁੰਦੇ, ਇਸੇ ਤਰ੍ਹਾਂ ਜਾਨਵਰ ਮਰਦੇ ਆ, ਗੋਲੀ ਇਸਤੇਮਾਲ ਕਰਦੇ, ਮੈਡੀਸਨ ਸਾਰਾ ਉਹ ਜਾਂ ਬੰਦੇ ਬਹੁਤ ਗੱਲਾਂ ਕਰਦੇ ਜੀ ਅਸੀਂ ਦੇਸੀ ਕਰਦੇ, ਦੇਸੀ ਦਾ ਦੌਰ ਜੀ ਅੱਜ 40-30 ਸਾਲ ਪਹਿਲਾਂ ਸੀ, ਖਤਮ ਹੋ ਗਿਆ, ਦੇਸੀ ਤਾਂ ਕਬੂਤਰ ਨਹੀਂ ਉੱਡਦੇ, ਕਬੂਤਰ ਨਹੀਂ ਪਰਵਾਜ ਕਰਦੇ, ਅੱਛਾ, ਨਾ ਉਹ ਖੁਰਾਕਾਂ ਰਹੀਆਂ, ਨਾ ਉਹ ਕਬੂਤਰਾਂ ਬਲੈਡ ਰਹੇ, ਹਾਂਜੀ, ਤੇ ਨਾ ਹੀ ਕਬੂਤਰ ਦੇਸੀ ਤੋਂ ਉੱਡਦੇ। ਹੁਣ ਲੋਕ ਗੱਲਾਂ ਕਰਦੇ ਮੇਰੇ ਕੋਲ ਫਲਾਣੇ ਦਾ ਜੀ ਫਲਾਣੇ ਦਾ, ਉਹ ਜੇ ਹੈ ਤਾਂ ਕਿਸੇ ਕੋਲ ਹੈ ਨਸਲਾਂ, ਅੱਛਾ ਜੀ, ਪਰ ਕਬੂਤਰ ਪਿਛਲੇ ਦੌਰ ਨਾਲੋਂ ਹੁਣ ਕਬੂਤਰ ਜ਼ਿਆਦਾ ਪਰਵਾਜ਼, ਜ਼ਿਆਦਾ ਚੰਗੇ ਬਣ ਗਏ, ਜ਼ਿਆਦਾ ਚੰਗੇ ਬਣ ਗਏ, ਸ਼ਿਕਾਰੀਆਂ ਨੇ ਕ੍ਰਾਸ ਇੰਨੇ ਪਵਾ ਲਏ ਨੇ, ਸਪੀਡ ਇੰਨੀ ਕਰ ਲਈ, ਕਬੂਤਰ ਜ਼ਿਆਦਾ ਚੰਗੇ, ਤੁਸੀਂ ਇਹ ਕਹਿ ਹੀ ਨਹੀਂ ਸਕਦੇ ਜੀ ਇਹ ਫਲਾਣੇ ਦੇ। ਅੱਛਾ ਜੀ, ਠੀਕ ਹੈ ਨਾ, ਨਸਲਾਂ ਪਹਿਲਾਂ ਸੀਗੀਆਂ ਉਦੋਂ ਨਸਲਾਂ ਹੀ ਉੱਡਦੀਆਂ ਸੀ ਜੀ, ਉਦੋਂ ਬੰਦਿਆਂ ਦੇ ਪੱਲੇ ਸੀਗਾ ਸਿਰਫ ਇਹੀ ਦਾਲਚੀਨੀ ਅਤੇ ਇਲਾਚੀ, ਹਾਂਜੀ, ਦਾਲਚੀਨੀ, ਮੋਟੀ ਇਲਾਚੀ ਵਗੈਰਾ ਵਗੈਰਾ, ਇਹਦੇ ਨਾਲ ਹੀ ਅਸੀਂ ਮੋੜ ਪਾਉਂਦੇ ਹੁੰਦੇ ਸੀਗੇ, ਆਂਡੇ ਦੀ ਜਰਦੀ ਲੈ ਲਈ ਜਾਂ ਫਲਾਣਾ ਚੀਜ਼
मूँह तो जब खुश होया थोड़ी जी तोड़ लो पानी पानी पूरा कर लो जी। जल्दी दवाई इस्तेमाल ना करो कोई भी जो तक जानवर रिलैक्स नहीं होता ना बहाल नहीं होता पानी जिसम च नहीं पाता उदों तक कोई चीज़ देनी नहीं चाहिए कबूतर का पानी पूरा करना जी। फिर रिलैक्स बैठा तो कबूतर उस हिसाब से इस्तेमाल करो कबूतर दूसरे दिन भी परवाज अच्छी करेगा क्योंकि बहुत जरूरी है जानवर को रिलैक्स होना जिसम का पानी पूरा करना पट्ठे रिलैक्स करो थोड़े पट्ठे थकावट टूट जाए अगले दिन अच्छा मेहनत मंगदी हुण चीज़ां ते बंदा हुण असीं की इस्तेमाल करदे किसे नूं दस नहीं सकदे हुण बंदा की करे अपना एक हिसाब हुंदा जानवर नूं पहलां आए नूं रिलैक्स होना जरूरी है अक्सर देखते जानवर उत्तों लाया थोड़ा जिहा पानी दिता नाल ही ढक उदों ही ढकदा क्योंकि मरिया तो उत्तों आंदा उदों फिर ढक दिंदे तीन घंटे चार घंटे की करना कई तो किसी दारू लग जाता नहीं तो ज़्यादातर कबूतर खत्म एक उस्ताद जी होर भी गल आई है कि शिकारी जिहड़े अजकल नवे शिकारी ने कबूतर बारियां च उड़ांदे ने कच्चे पानी चका लिया कबूतर उत्तों सड़ के आए उन्होंने दबा दब सांभिया बदाम दे दिते तो कबूतर फिर दूजे दिन वह परवाज नहीं करते उस्ताद जी वह की नुकस मसला बनता है वो देखो जी एक जानवर ने जो जो उड़ान शुरू करता जानवर उन्होंने पहली गल तो इन्नी जल्दी इस्तेमाल ना करो उन्होंने रिलैक्स होकर कबूतर सादे पानी ना सुनो जी कोई चीज़ ना दो जी जो तक कबूतर का कबूतर रिलैक्स नहीं होंगे पानी जिसम का पूरा नहीं होंगे उद तक उन्होंने बदाम कोई बदाम नहीं भावें शाम भी हो जाए ना जी नहीं देने चाहिए क्योंकि उन्हें चुगने भी नहीं गए हाँ जी क्योंकि उन्हें जोर कच्चे कबूतर ने जोर लाया उन्होंने चंद दिन उन्होंने फटक जीडिया ना हिसाब दियाँ लैनिया चाहिए कबूतर तो आप ही पहले दिन उठ के भी दिन कर जाना इन्हें ही कसा होंगी जी जो रिलैक्स हो जाए कबूतर फिर परवाज करता कबूतर जी ये कबूतर रैश भी साड़ती है कबूतर दो तीन फारियाँ इदा तो जल्दी सामने देखा पानी खिंच लिया बादाम देते जी चल भी खुडे छड़ गया तुम ये नहीं देखा भी जानवर साडा किड्डा कीमती है इन्नी जल्दी रैश बर्दाश्त करेगा भी कहीं ये भी मजबूरी बन जाती जो आप खाण नूं दिल ना करे जबरदस्ती खा लीए तो जहर गल आप मैदे के मरीज ही होंगे मैदे के मरीज तो जानवर हो या इंसान जो तक जिस जानवर का मैदा फिट है ना अंदरों साफ आ उन्नी परवाज करनी तो बंदा भी खुश हो गया उदों ही दौड़ता जो अंदरों ढेडों सही हो गए बिल्कुल तो ये कबूतरबाजी बहुत दूर चली गई है ये टाइम मांगती है उस्ताद जी ये एक तुहाडा तजर्बा भी बहुत है माशाल्लाह नॉलेज भी बहुत है बहुत अच्छा तुहाडा शौक है क्योंकि तुसी डेली जदों सीजन आता भी तीह तीह कबूतर राती गर्म करते हो ठीक है अजकल शिकारियों ने गल की है जी मेडिसन तो कबूतर एवें उड़ जाते हैं फुद्दू जी खेड हो गई है मेडिसन दो कबूतर डालो ये उस्ताद जी गल एवें तो कबूतर ना कबूतर बनना पैंदा देखो जी ये तो गलत गल आ हाँ जी आखिर तुसी देखो जानदार चीज़ है हाँ जी गोली से हर बंदा बच्चा भी दे लेंदा जी तुसी गोली इस्तेमाल कर रहे हो अंग्रेजी कर रहे हो सारा हाँ मैं भी अंग्रेजी इस्तेमाल कर रहा हाँ जी तुसी ये देखो भी जानदार चीज़ है उठते उन्हें जाना मजबूरी से हाँ जहर उन्हें फिर मरना हाँ जी गोली ने तो जो अंदर जान दे खून खुश करना ही करना हाँ जी उन्हें उड़ना ही उड़ना हाँ जी या दो घंटे उठ के मर जाएगा या सारा दिन उठ के मर जाएगा कबूतर तुसी उहदी सेवा करो पूरी कबूतर दे अंदर रात इन्नी होनी चाहिए भी गोली बर्दाश्त कर दी क्योंकि अग होंगी गर्म होंगी गर्म चीज़ ने एक जानवर को तरजीह देनी उड़ान तो इन्नी ताकत जरूरी होनी चाहिए इन चल अच्छा तो मेडिसन का भी कोई तोड़ है जो आप मेडिसन देने कबूतर सड़ जाता है उन मेडिसन का तोड़ जो आप उड़ाने उनका कोई तोड़ करने का तरीका जी मेडिसन देखो जी जो बंदा देता है ना जो मैं पहला यदा होना चाहिए जी जानवर एक उड़ता ना मेडिसन अंदर ही रही हाँ जी जानवर अज उड़ गया जित भी गया ना जी तद भी वे अंदर ही चौबीस घंटे तक नशा रहा नशा असर रहा असर जोड़ा ना वो जिसम के वो मास होश भी रहा जी ये कढ़ना जरूरी है हाँ जी तो अगले हफ्ते तुम छड़ना ना हाँ जी ये साफ करना जरूरी है ऐसा तरीके मेडिसन जी अंदर की हीट है ना हाँ जी मैदे की पोट की हाँ जी ये निकलूगी तो अगली दफा बाजी देनी है नहीं तो तुम कहोगे ना इदा ही बाजी छड़ दो नहीं बाजी जी जो कबूतर उड़ के आया साड़ लाजमी कढ़ना चाहिए अंदर एक बार साफ हो साफ करना तरीका उसका जी तरीका शेयर करो कि चीज़ ना साफ करना चाहिए किमें साफ कर जो दोस्त वेखने वाले उन्होंने नॉलेज आ गए वो तुम देखो जो जिदा आप जलाब नहीं करते हाँ जी इस तरह दही लै लो दही दही ਉਹਦਾ ਤੁਸੀਂ ਫੋਕ ਜਿਹੜਾ ਨਾ ਪਾਣੀ ਜਿਹੜਾ ਨਾ ਕੋਲੀ ਜੇ ਕਿਤੇ ਵਿੱਚ ਨਿਕਲ ਜੇ ਘੰਟੇ ਦੋ ਘੰਟੇ ਜੇ ਆਪਣੇ ਆਪ ਦਹੀਂ ਕਿਸੇ ਕੱਪੜੇ 'ਚ ਪਾ ਹਾਂ ਨੁੱਚੜ ਜੇ ਆ ਹਾਂਜੀ ਉਹ ਤੁਸੀਂ ਦਹੀਂ ਦਾ ਫੋਕ ਦੋ ਬਦਾਮਾਂ ਜਿੰਨਾ ਸੁਭਾਉਣਾ
अच्छा जी निर्णय पेड़ दे निर्णय पेड़ अच्छा जी ज़्यादा वो अंदर अग आ तो पानी तुम इस्तेमाल करो सुबह हाँ जी निहार मु 10 cc जी तो उस तो बाद जो बदम देने उदो दो बदम देना फोक दो बदम दो तीन कट दो जी तो इंशाला रिलैक्स हो देखो जी कि बहुत उस्तादों को असं गए हैं बड़े बड़े ज्यादा सियाने उस्तादों को भी गए हैं जिते उस्ताद ही जात शाह का तजर्बा है जी ठीक है किसी गल सू देसी टोटका नहीं दसिया जी जो दही है जी दही लै लेना कपड़े पा लेना जी तो उन्होंने रख देना नुचड़ जाएगा उन्हें फोक बचेगा दो बदमा की गोली जिन्ना उन्होंने सुबह निरने पेड़ दे देना जे वो कबूतर ज़्यादा साड़ हो फिर उनका 10 cc पानी सरेंज पा लेना वो पुण के दे देना जी उस्ताद पाक ने बहुत अच्छा नुस्खा शेयर किया बहुत उस्तादों को गए हैं जी किसी ने इन्ना नॉलेज या किसी ने इन्नी गलबात सानू नहीं दसी जी जी उस्ताद जी तो जेड़े तुसी कबूतर राती गर्म कर दे उस्ताद जी भी कर ले 10 आ गए 15 आ गए तुहाडे को डेली कबूतर आउंदे रहे जी गर्म कर दे वो सारे कबूतर कई विच कबूतर ज़्यादा तलख होंदे ने कई ठंडी तबीयत दे होंदे ने कई नॉर्मल होंदे ने उन्हां नूं किहड़े तरीके नाल तुसी हैंडल करदे हो जी वो इस तरह करदे जिहड़ा जानवर दी परवाह ज़्यादा ना जी उन्हां कमरा ही होंदा साडे कोल उन्हां नूं असीं ना नॉर्मल जिहा गर्म करदे मैं तो एक शीर्द को गया तो गल तो करा उन्हें दसिया से उन्हें कहा जी उस्ताद पाक और आंदा जो सीजन आंदा ना वाह वड्डा सारा कमरा जोटा चार चफेरे पे ठीक है बहुत अच्छा नॉलेज है डेली कोई 10-20 कबूतर आंदे 16 कबूतर भी ठीक है आंदे ने मोड़ वाले भी आ गए तैयार वाले भी आ गए ठीक हो गया उस्ताद जी अगे वो फिर असी जो जानवर की परवाह ज़्यादा ना उन्होंने असं नॉर्मल क्योंकि अंदर कमरा बंद होता जी उन्होंने जरूरी नहीं ढकना और कबूतर ज़्यादा परवाह जो करता ना उन्होंने कबूतर नॉर्मल जी हाथ फेरना चाहिए अच्छा सामने क्योंकि उन्हें अपने आप ही उड़ना थोड़ा जहाँ थोड़ा जहाँ भी गर्म करोगे ना उन्हें कबूतर ने अपनी परवाह देनी अच्छा क्योंकि गोली का दौर आ गोली हर बंदा देता कोई किसी तरह बनाता कोई किस तरह उस जानवर जो ज़्यादा परवाह करता उन्होंने गोली भी चौथा हिस्सा देना चाहिए जी उन्होंने सब तो कम जो गोली देनी चाहिए है जिदा आप एक गोली पूरी देंगे ना कबूतर हाँ अद्धा या चौथा हिस्सा उन्होंने सुंघानी चाहिए बस तो इंशाला कबूतर तुहाडा परवाज करेगा जिहड़ा कबूतर वजूद जोर नहीं मारता कबूतर बाज कर अंदर वो सोच होंगी किसी को पता ही नहीं है मोटे हो जाते कबूतर वो कहते समय ही बहुत होया वो अंदर अक्सर सोच होंगी इन्हों वक्त तो पहले बाद वारियों के दो तीन वारियों के पहला जरा ना वो कबूतर ने एक दो तो वारी ना जलाब करना चाहिए रसीस डिस्पली का अच्छा जी वो जी होंगी बड़ी अच्छी गर्म बहुत होंगी जलाब माड़ा दोबारा वाजिया करो जी जे कबूतर मोटे हो जाते ना बहुत ज़्यादा उन्होंने अंदर जिसमानी सोज होंगी वो परवाह ही नहीं पूरी जल्दी पर सड़ जाते उन्होंने रीस फली का जलाब कर रीस फली हाँ लंबी जी काली जी होंगी लमकती है दरख्तों के उत्ते वो तुम जिदन उन्होंने ਉਹਦੀ ਬੜੀ ਕੜਵੀ ਜੀ ਥੋੜ੍ਹਾ ਜਿਹਾ ਮਿਸ਼ਰੀ ਪਾ ਲਓ ਵਿੱਚ ਅੱਛਾ ਜੀ ਉਹਨੂੰ ਇੱਕ ਰੋਟੀ ਦੇ ਕੇ ਉਹਨੂੰ ਧੁੱਪੇ ਪਾਓ ਜਿਹੜਾ ਕਬੂਤਰ ਉਹ ਖਰਜ ਅੱਛਾ ਜੀ ਉਹਨੇ ਆਪਣੇ ਆਪ ਹੀ ਉਹਦੇ 'ਚ ਸੋਚ ਅਤੇ ਤੁਹਾਨੂੰ ਆਪ ਮਹਿਸੂਸ ਹੋਏਗਾ ਕਬੂਤਰ ਦਾ ਹੈ ਹੀ ਨਹੀਂ ਹਵਾ ਹੀ ਨਿਕਲ ਗਈ ਇਹਦੀ ਸਾਰੀ ਬਿਲਕੁਲ ਆਪਣੇ ਜਿਸਮ 'ਚ ਆ ਜਾਏਗਾ ਹਾਂ ਜੀ ਤੋ ਇਨਸ਼ਾਅੱਲਾ ਤੁਸੀਂ ਗੇੜਿਆਂ ਵਾਲੇ ਦਿਨ ਬੰਦੀ ਵਾਲੇ ਦਿਨ ਦੇ ਕੇ ਅਗਲੇ ਦਿਨ ਬਾਜੀ ਛੱਡ ਦਿਓ ਕਬੂਤਰ ਤੁਹਾਡਾ ਤਵੱਕੋ ਤੋਂ ਜ਼ਿਆਦਾ ਹੋਊਗਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਉਹ ਇੰਨੀ ਜ਼ਿਆਦਾ ਪਰਵਾਜ ਕਰੇਗਾ ਕਿਉਂਕਿ ਉਹਦਾ ਪਰੇਸ਼ਾਨੀ ਦੂਰ ਹੋ ਗਈ ਇਹ ਵੀ ਆਵਾਜਾਰੀ ਹੁੰਦੀ ਹੈ ਬੰਦੇ ਨੂੰ ਵੀ ਅਤੇ ਜਾਨਵਰ ਨੂੰ ਬਿਲਕੁਲ ਸਹੀ ਜਦੋਂ ਅੰਦਰੋਂ ਫਿੱਟ ਹੋ ਜਾਣਾ ਉਹਦਾ ਜਿਸਮ ਸਾਰਾ ਨਾਲ ਹੋ ਜਾਣਾ ਉਹਦੇ ਹਰ ਚੀਜ਼ ਪੱਠੇ ਹਰ ਚੀਜ਼ ਮਸਲ ਦੇ ਕੰਮ ਕਰਨਾ ਉਹ ਪਰਵਾਹ ਜਾਂਦਾ ਜਿਹੜਾ ਤੁਸੀਂ ਮੈਂ ਤੁਹਾਡੇ ਗੱਲ ਜਿਹੜੀ ਪੁੱਛਦਾ ਪਿਆ ਸੀ ਵੀ ਕਬੂਤਰ ਸਾਰੇ ਆਪਾਂ ਚੈੱਕ ਕਰਨੇ ਆ ਗਰਮ ਕਰਨੇ ਆ ਤਾਂ ਉਹ ਆਪਾਂ ਕਿਵੇਂ ਚੈੱਕ ਕਰ ਲੈਂਦੇ ਹਾਂ ਕਬੂਤਰ ਤਲਕ ਹੈ ਤਿਆਰ ਨਹੀਂ ਤਲਕ ਉਹਨਾਂ ਦਾ ਕਿਵੇਂ ਤਜਰਬਾ ਹੋ ਜਾਂਦਾ ਪਤਾ ਲੱਗ ਜਾਂਦਾ ਕਬੂਤਰ ਦਾ ਹੀਟ ਹੀ ਹੁੰਦਾ ਕਬੂਤਰ ਦਾ ਜਿਸਮ ਉਹਦਾ ਉਹਦਾ ਬਰਦਾਸ਼ਤ ਜਿਹੜਾ ਕੌੜਾ ਜਾਨਵਰ ਆ ਉਹਦਾ ਹੱਥ ਦੇ ਵਿੱਚ ਫੜੇ ਦੱਸ ਦਿੰਦਾ ਵੀ ਭੈਣ ਮੇਰੀ ਕਿੱਥੇ ਤੁਹਾਨੂੰ ਤਜਰਬਾ ਹੋ ਗਿਆ ਹਾਂ ਤਜਰਬਾ ਹੋ ਗਿਆ ਉਹ ਗੁੱਸਾ ਹੁੰਦਾ ਉਹਦੇ ਜਾਨਵਰ ਤੜਫਣ ਲੱਗ ਜਾਂਦਾ ਅੱਛਾ ਜੀ ਉਹ ਇੰਨਾ ਗਰਮ ਆ ਕਬੂਤਰ ਅੱਛਾ ਨਾਲੇ ਕਬੂਤਰ ਦੀ ਇੱਕ ਸਿਚੁਏਸ਼ਨ ਤੋਂ ਪਤਾ ਲੱਗ ਜਾਂਦਾ ਅੱਛਾ ਜੀ ਜਾਨਵਰ ਦੀ ਇੱਕ ਨਾਲੇ ਫਿਰ ਪਤਾ ਬੰਦੇ ਨੂੰ ਪਤਾ ਵੀ ਲਾਉਣਾ ਚਾਹੀਦਾ ਜਿਹੜਾ ਵਾਰੀਆਂ ਲੈਂਦਾ ਉਡਾਉਂਦਾ ਵੀ ਇਹ ਕਿਹੜੀ ਤਬੀਅਤ ਨਾਲ ਉੱਡਦਾ ਅਤੇ ਕਿੰਨੀ ਜਲਦੀ ਆ ਕੇ ਬਹਾ ਲੈਂਦਾ ਜੀ ਇੱਕ ਕਬੂਤਰ ਉੱਡਦਾ ਸੁਬਾਹ ਉੱਡਿਆ ਸ਼ਾਮੀ ਯਾਨੀ ਕਿ 3 ਵਜੇ 4 ਵਜੇ ਬੈਠਾ ਜਾਂ 12 ਵਜੇ ਬੈਠਾ ਉਹ ਜਾ ਕੇ ਸ਼ਾਮੀ ਚੱਲਦਾ ਤਾਂ ਉਹਨੇ ਕੀ ਕਰਨਾ ਉਹ ਕਬੂਤਰ ਬਾਲ ਨਹੀਂ ਹੋ ਸਕਦਾ ਕਬੂਤਰ ਦਾ ਕੰਮ ਹੈ ਕਿ ਕਬੂਤਰ ਜਿਹੜਾ ਵਵੇ ਦਸਤੀ 5-10 ਮਿੰਟਾਂ ਦੇ ਵਿੱਚ ਬਾਲ ਹੋਵੇ ਵਗੇ ਠੀਕ ਹੈ ਪਾਣੀ ਜਿਹੜਾ 1-2 ਮਿੰਟਾਂ ਦੇ ਬਾਅਦ ਨਾਲ ਚਰਬੀ ਨਾਲ ਪਾਣੀ ਮਾਰਨਾ ਪਾਣੀ ਚਰਬੀ ਮਾਰ ਕੇ ਪਾਣੀ ਸ਼ੁਰੂ ਹੋ ਜਾਣਾ ਸਭ ਤੋਂ ਸਹੀ ਹੈ ਜਦੋਂ ਆਖਰੀ ਵਿੱਠ ਕਰਦੇ ਨੇ ਜਾਨਵਰ ਉਸਤਾਦ ਜੀ ਕਬੂਤਰ ਚਰਬੀ ਮਾਰਦੇ ਨੇ 3-4 ਵਿੱਠ ਕਰਦੇ ਨੇ ਪਾਣੀ ਦੇ ਨਾਲ ਜਿਹੜਾ ਹਰਾ ਦਾਣਾ ਵਿੱਚ ਆਉਂਦਾ ਮੇਦੇ ਵਾਲਾ ਜਿਹੜਾ ਕਬੂਤਰ ਉਹ ਮੇਦੇ ਵਾਲਾ ਪਾਣੀ ਮਾਰਦਾ ਉਹ ਕਬੂਤਰ ਚੰਗਾ ਵਗਦਾ ਕਿ ਜਿਹੜਾ ਨਹੀਂ ਮਾਰਦਾ ਉਹ ਚੰਗਾ ਦੇਖੋ ਜਿਹਦਾ ਕਬੂਤਰ ਜਿਹੜਾ ਚਰਬੀ ਦੇ ਨਾਲ ਦਾਣਾ ਮਾਰਦਾ ਨਾ ਹਰਾ ਉਹ ਕਬੂਤਰ ਹੀਟ ਅਪ
अच्छा जी उदो उन्हें जे एक तो जोर लाया होंगे हाँ जी मैदे की हीट के नाल जरिए हरियाली आ जाती हरियाली हरी हाँ वो साड़ होंगे हाँ जी वो चीज़ नहीं आनी चाहिए वो नहीं आनी चाहिए ठीक है दोस्तों ने मैं चर्बी जी है ना चर्बी कबूतर मार चंकी होगी अच्छा जी जी चर्बी खारिज हो जानी ना वो कबूतर ज़्यादा ठीक है उन्हें जो उसकी हरा मार दो उनके कहने मुताबिक वो कि दसते हो भी उन्होंने किमें रोकना चाहिए उन्होंने तुम कोई भी जलाब देना या कोई चीज़ ऐसी देनी है उन्होंने ठंडी चीज़ दो जो कबूतर मैदे की हीट मुक जो कबूतर की मैदे की हीट मुक जाए लेवल से आ जाए कबूतर सही वगे सही एक कबूतर उसका जी बिठा मारते हैं हरिया सेवियां जी आलिया पीलियाँ बदम वाली सही मोटी बिठ नहीं मारते ये भी कबूतर जो सेवियां मारते ना कबूतर ये ठंडे हो जाते थरे होंगे ठीक है वह कबूतर थरे होंगे उन्होंने गर्म करना गर्म करना चाहिए गर्म करना जो जिसम सैट कर देते हैं जोड़े कबूतर बहुत ज़्यादा बदम खाते होंगे जिसम नहीं बनाते जिसम बाद का जानवर की हड्डी इदा दी जो जिसम नहीं ना बनाते हाँ जी वो पक जाते जिदा एक जानवर नू आदत बन जाती है जी उड़ा परवाज भी ताड़ी पूरी कर रहा फिट भी है जी तो उदा कोई एडा मसला नहीं जरूरी नहीं उदा जिसम बना उदा कोई एडी जिसम जानवर का तकरीबन शिकार लैन दे विच देखा जाए ना कबूतर का जिसम कमाया होना चाहिए अच्छा पूरा फिट होना चाहिए निगर होना चाहिए जिन्ना भी हो जिदा जिसम जो पानी है चमकदा हो ना जिसम है गोश्त करता हो जी वो कबूतर बाजी नहीं करता अच्छा कबूतर का जिसम सुकून जिदा बंदा सुकून च है ना तुम देखो पेटी जिसम बिल्कुल साफ होता जी तो धड़कन नहीं होंगी सही वो जानवर अक्सर मैं देखता लोगों के हड्डी तक मास चढ़िया होंगे वो ए मास हिलता रहा क्या जिसम ही बड़ा वो जो गर्मी पै जाए ना टेंपरेचर 42-44 तो अगर जाए कबूतर खड़ जाए नज़र कोई शायद देनी चाहिए रात बैठी ठीक हो गया अच्छा उस्ताद जी एक और तो नॉलेज पूछना सी कि तजर्बा तो बहुत जो जोड़े लाने का तरीका कौड़े मिठे कबूतर की पहचान है पहचान देखो जी तुम उड़ाते हो कबूतर तुम्हें पता भी जानवर साडा करतन ना उड़ता किस तरह उड़ता जी परवाज भी ज़्यादा कर रहा अच्छा जी असी बात कर ज़्यादातर लोग ये सोचते भी आ कौड़ा कबूतर तो मिट्टी कबूतर ही ला दें अच्छा जी ये चीज़ है नहीं जानवर की इन्हें ब्रीड होंगी है कबूतर कौड़े ना कौड़ा ही लाओ जो कबूतर की नसल कशी है तुम जो नसल ही खराब कर लेनी मिठे ना कौड़ा कौड़े ना मिठा वो परवाज कबूतर नहीं परवाज कबूतर दोनों की खत्म हो जाए जो कौड़ा कबूतर होंगे उसका जी उन्हें अकल लाजमी होंगी देखो जी कोई भी कबूतर है ना जेद अकल नहीं ना कबूतर कबूतर नहीं कोई भी कबूतर अच्छा ये कर सकते हो भी कबूतर कौड़ा ही हो परवाज थोड़ी घट हो गई माती जिस ये पता होने डंडा लैके भी बैठे इन्हें शाम करना जो बंदा उदा ही बैठ गया तो इन्हें देख के शाम करना अच्छा वो तुम तो इदा ला सकते हो बाद असं सो बाहर मिठा पता कि लाने असं मिठा लाने फलानी जगह छड़िया उतों हिलिया ही नहीं अच्छा वो मादी ला दो कौड़े ने अच्छा कि उड्डिया जी उ बहर अच्छा उस्ताद जी बाबे सुलेमान वाले कबूतर बारे बहुत नॉलेज रखते हो वो कबूतर की की हिस्टरी से किमें पता से लंडे काले चीने लाल सिरे वो इस तरह से जी साढ़े जोड़े ना चाचू से ना जी ताए का बड़ा बेटा हाँ जानवर उन्होंने ही रखे हाँ जी वो अक्सर बाबे सुलेमान को बहन उठन से नाले साढ़े वैसे भी जो ताया से हिंदुस्तानों आया थी ना वो ताए का कि ताए साडा ताया उन्होंने शौक से अच्छा जी मैं तो इस अचानक इसने पढ़ते पढ़ते शहर शौक हो गया जी उस तो बाद इस लाइन के बढ़ गए यानी कबूतर साढ़े पहले तो शुरू तो जो हिंदुस्तानों आए ना उदों के भी चढ़ते पंजाब चो आए थे असी हिंदुस्तानी हाँ तुम इतने के रैशी हो हाँ असं तो इतों के ही हाँ अच्छा ठीक यानी कि साढ़े बटके जो दादका से ना ताया साडा बादल साहब भी उतों के विदेश है जी जो वो ताए होनी लिया शौक साढ़े यानी कि शुरू तो ही हाँ जी वो फिर इन्हों का तलोका से इस तरह ना जानवर असं शुरू तो ही साढ़े चाचा ने चंगे जी वो फिर उन्होंने को बहना उन्हें जिक्र करना भी ये बाबे जो फिर देखम देख जो कोल रहे ना सूँ पता लग गया भी ये बाबे है अच्छा बाबे के जाती कबूतर भी जिदा बाबे की अगली पिछली हिस्ट्री का भी उन्होंने दसना साढ़े नॉलेज जिदा जिदा उन्होंने दस किस तरह बाबे सुलेमान के कबूतर भी बने हैदर कुड़ुम सगा बाबे सुलेमान का हैदर बाबा हाँ जी तो और 70 राव वाले जो इन्हों को कबूतर बने बाबा जग्गा सी हाँ उतों इन्हों बाबे बाबे सुलेमान हिंदुस्तान नहीं कबूतर लिया अच्छा जी वो 70 राव वाले जो सानू नॉलेज है जी उतों बने कबूतर अच्छा जी पर ये बंदा बाबे सुलेमान बहुत चंगा बहुत अच्छे नसल इदा सानू पता लगे भी आ फलाना बाबे के काले चीने जो कबूतर अच्छा यानी कि आज तो 40 साल पहला लगा अच्छा जी आ राकट उन्होंने कांसियां जिदा तेरे कपड़े नहीं हाँ जी खाकी जी कांसियां वह राकट कहते बढ़ खाने कहते अच्छा जी काले चीने से वे पैरों के अच्छा जी यानी कि वे खुले हट के हाँ जी तो जेडे शाह आखे थे वो तकरीबन
ਹਿਸਾਬ ਦੇ ਜਿਸਮ ਦੇ ਸੀ ਉਹ ਅੱਗੂ ਚੌੜੇ ਸੀ ਪਿੱਛੋਂ ਪਤਲੇ ਪਿੱਛੋਂ ਛੋਟੀ ਜਿਹੀ ਪੂਛ ਹੁੰਦੀ ਲੰਡੇ ਉਹਨੂੰ ਪੂਰੇ ਜਿਹੇ ਕਬੂਤਰ ਸਨ ਅੱਛਾ ਲੰਡੇ ਰਿਓ ਕਬੂਤਰ ਲੰਡੇ ਨਹੀਂ ਸੀਗੇ ਹਾਂਜੀ ਇਹ ਗੱਲ ਅਸੀਂ ਬੜੀ ਸੁਣੀ ਜਿੱਥੇ ਕਿ ਬਾਬਿਆਂ ਵਾਲੇ ਲੰਡਿਆਂ ਨੂੰ ਬਾਬਿਆਂ ਵਾਲੇ ਲਾਲ ਸਿਰੇ ਇਹ ਗੱਲ ਸਾਨੂੰ ਅੱਜ ਸੁਣਾਓ ਉਹ ਇਸ ਤਰ੍ਹਾਂ ਸੀਗਾ ਜੀ ਮਾਸਟਰ ਬਸ਼ੀਰ ਹੈ ਜੀ ਉਹਦਾ ਭਤੀਜਾ ਸੀਗਾ ਬਾਬਾ ਸੁਲੇਮਾਨ ਦਾ ਜੀ ਆਪਣੇ ਸਾਹਮਣੇ ਘਰ ਉਹ ਬਾਬੇ ਸੁਲੇਮਾਨ ਦਾ ਮਾਸਟਰ ਬਸ਼ੀਰ ਭਤੀਜਾ ਸੀ ਭਤੀਜਾ ਲੱਗਦਾ ਜੀ ਰਿਸ਼ਤੇ ਦੇ ਅੱਛਾ ਜੀ ਉਹ ਅਕਸਰ 52 ਚੱਕ ਜੇ ਪੜਾਉਂਦਾ ਸੀ ਨਾਲ ਮੇਰੀ ਦੁਕਾਨ ਉੱਥੇ ਮਗਲੇ ਜੀ ਉਹਨੇ ਫਿਰ ਸਾਰੀ ਹਿਸਟਰੀ ਸਾਨੂੰ ਦੱਸੀ ਜੀ ਵੀ ਇਹ ਸੀ ਵੀਰ ਜੀ ਹਾਂਜੀ ਕਬੂਤਰ ਸਾਡੇ ਕੋਲ ਰਹਿ ਗਏ ਸੀ ਬਾਬੇ ਕੋਲ ਅਤੇ ਬਾਬਾ ਚਲਾ ਗਿਆ ਉਹ ਤੋਂ ਬਾਅਦ ਜਾਨਵਰ ਬਾਬੇ ਨੂੰ ਖਾ ਪੀ ਗਿਆ ਬਾਬੇ ਨੇ ਕਦੀ ਕਿਸੇ ਨੂੰ ਪਿਆ ਹੀ ਨਹੀਂ ਕੋਈ ਵੀ ਆ ਗਿਆ ਉਹਨੂੰ ਦੇ ਬਾਬੇ ਜੀ ਹੋਰਾਂ ਕੋਲ ਜਿਹੜਾ ਵੀ ਬੰਦਾ ਆ ਗਿਆ ਮੁਖਾਲਫ ਵੀ ਆ ਗਿਆ ਉਹਨਾਂ ਦਿੱਤੇ ਕਦੀ ਨਾ ਬਾਬੇ ਸੁਲੇਮਾਨ ਜੀ ਅਸੀਂ ਇਹ ਸੁਣਨ ਦੇ ਵਿੱਚ ਅੱਛਾ ਜੀ ਕਿਉਂ ਜਿੱਥੋਂ ਵੀ ਚੰਗੇ ਬੰਦੇ ਤੋਂ ਸੁਣਿਆ ਉਹਨੇ ਇੱਦਾਂ ਹੀ ਦੱਸਿਆ ਅੱਛਾ ਜੀ ਉਹ ਮਾਸਟਰ ਬਸ਼ੀਰ ਨੇ ਦੱਸਿਆ ਜੀ ਸਾ ਇੱਦਾਂ ਇੱਦਾਂ ਸੀ ਸਾਹ ਜੀ ਸ਼ਾਹ ਸਾਹਿਬ ਬਾਬਾ ਲੰਡੇ ਨਹੀਂ ਸੀ ਲੰਡੇ ਇੱਦਾਂ ਬਣੇ ਸੀਗੇ ਅੱਛਾ ਜੀ ਮੈਂ ਕਿਹਾ ਉਹ ਕਿੱਦਾਂ ਜੀ ਉਹਨੇ ਕਿਹਾ ਕਿ ਸ਼ਾਹ ਖਾਸੇ ਪੱਠਾ ਜਿਹਾ ਅਸੀਂ ਬਦਾਮ ਦੇ ਦੇ ਥੱਕ ਗਏ ਮੈਂ ਕਹਿਣਾ ਬਾਬਾ ਜੀ ਇਹਨੂੰ ਕੱਢ ਦੀ ਜਦੋਂ ਆਉਣਾ ਮੈਂ ਸਕੂਲੋਂ ਤਾਂ ਬੱਸਾਂ ਰੱਖਣਾ ਅਤੇ ਨਾਲੀ ਦੇ ਪਾਣੀ ਪੀਂਦਾ ਹੋਣਾ ਨਾਲੀ ਦਾ ਪਾਣੀ ਪੀਂਦਾ ਅੱਛਾ ਜੀ ਤੂੰ ਕਦੀ ਘੰਟਾ ਉੱਡਣਾ ਕਦੀ ਦੌੜਨਾ ਅੱਛਾ ਜੀ ਉਹਨੇ ਕਿਹਾ ਪੁੱਤ ਚੱਲ ਇਹਦਾ ਵੀ ਕਰ ਦੇ ਅੱਛਾ ਜੀ ਉਹਨਾਂ ਨੇ ਭਾਈ ਸਾਹਿਬ ਨਾਲ ਉਹਨੇ ਕਿਹਾ ਅੱਛਾ ਕੋਈ ਨਹੀਂ ਸੀ ਅਚਾਨਕ 53 ਜੇ ਬਾਜੀ ਆ ਗਈ 53 ਨੂੰ ਸਾਲੀ ਜੀ ਉਹਨੇ ਕਿਹਾ ਬਸ਼ੀਰ ਇਹਨੂੰ ਲਿਆ ਜੀ ਇਹਨੂੰ ਦੇਈਏ ਕੁਰਬਾਨੀ ਜੀ ਉਹਨੇ ਕਿਹਾ ਅੱਛਾ ਜੀ ਉਹਨੇ ਤਿਆਰੀ ਸ਼ਿਆਰੀ ਕੀਤੀ ਪੂੰਜਾ ਪੱਟ ਕੇ ਨਾ 53 ਇਹ ਛੱਡ 53 ਮਸਾਲੇ ਤਰਵੰਜਾ ਅੱਛਾ ਜੀ ਉਹ ਉੱਥੇ 2:30-2 ਵਜੇ ਹਰ ਜਿੱਤ ਹੋ ਗਈ ਇੰਨਾ ਵੀ ਨਹੀਂ ਥੋੜ੍ਹਾ ਹੀ ਹੋਣਾ ਟਾਈਮ ਅੱਛਾ ਕਿਉਂਕਿ ਉਦੋਂ ਗਰਮੀ ਬਹੁਤ ਸੀ ਅੱਛਾ ਜੀ ਉਹ ਬੇਮਿਸਾਲ ਉੱਡ ਗਿਆ ਜਿੱਤ ਕੇ ਵੀ ਭਾਵੇਂ ਸ਼ਾਮੀ ਬੈਠਾ ਅੱਛਾ ਜੀ ਉੱਥੋਂ ਫਿਰ ਉਹ ਲੰਡਾ ਜਿੱਥੇ ਵੀ ਉੱਡਿਆ ਨਾ ਉਹ ਲੰਡਾ ਹੀ ਲੰਡਾ ਹੋ ਗਈ ਉਹਦੀ ਪਰਵਾਜ਼ ਬਣ ਗਈ ਨਹੀਂ ਤਾਂ ਉੱਡਦਾ ਹੀ ਨਹੀਂ ਸੀ ਅੱਛਾ ਜੀ ਉਹ ਸੀ ਸ਼ਾਖਾ ਕਬੂਤਰ ਅੱਛਾ ਜੀ ਉਹ ਸ਼ਾਖਿਆਂ ਦਾ ਪਰ ਸੀ ਲੰਡਿਆਂ ਦਾ ਉਹ ਫਿਰ ਬਾਬੇ ਸੁਲੇਮਾਨ ਦੇ ਜਿਹੜੇ ਸੀ ਕਹਿੰਦੇ ਬਾਬੇ ਸੁਲੇਮਾਨ ਕੋਲ ਜਾਣਾ ਉਹ ਲੰਡਿਆਂ ਨੂੰ ਲਿਆਉਣਾ ਉਹ ਫਿਰ ਲੰਡੇ ਬਾਬੇ ਸੁਲੇਮਾਨ ਦਾ ਨਾਂ ਇੱਦਾਂ ਚੱਲਿਆ ਸੀ ਲੰਡੇ ਦਾ ਨਾਂ ਇੰਨੇ ਮਸ਼ਹੂਰ ਹੋਏ ਪੂੰਜਾ ਪੱਟ ਕੇ ਜਾ ਕੇ ਛੱਡ ਕਬੂਤਰ ਲੰਡੇ ਨਹੀਂ ਸੀ ਕਬੂਤਰ ਸਮਝ ਲਓ ਇਹ ਹਿੰਦੁਸਤਾਨੀ ਸੀਗੇ ਅੱਛਾ ਜੀ ਕਿਉਂਕਿ ਇੰਡੀਆ 'ਚੋਂ ਜੋ ਉਜੜ ਕੇ ਆਏ ਸੀ ਕਿਉਂਕਿ ਆਪਣੇ ਇੱਥੇ ਪਾਕਿਸਤਾਨੀ ਵੀ ਅੱਛਾ ਜੀ ਨਸਲ ਇਸ ਤਰ੍ਹਾਂ ਚੱਲੀ ਹੈ ਪਰ ਉਹਦੇ ਨਸੀਬ ਵੀ ਚੰਗੇ ਅਤੇ ਜਾਨਵਰ ਜਿੱਥੇ ਵੀ ਕੀਤਾ ਨਾਮ ਪੈਦਾ ਵੀ ਕਹਿੰਦੇ ਸੀ ਦਰਵੇਸ਼ ਬੰਦਾ ਸੀ ਅੱਲਾਹ ਦਾ ਪਿਆਰਾ ਬੰਦਾ ਸੀ ਮੁਖਾਲਫ ਵੀ ਆ ਗਿਆ ਅਤੇ ਉਹਨਾਂ ਨਾਂ ਨਹੀਂ ਕੀਤੀ ਉਹਨੇ ਦਰਅਸਲ ਕਿਸੇ ਨਾਲ ਬਹਿਸ ਹੀ ਨਹੀਂ ਕੀਤੀ ਜੀ ਸਾਡੇ ਸੁਣਿਆ ਅਸੀਂ ਤਾਂ ਦੇਖਿਆ ਵੀ ਨਹੀਂ ਵੈਸੇ ਅਸੀਂ ਗੱਲ ਜਿੱਥੋਂ ਵੀ ਸੁਣੀ ਨਾ ਅੱਛੀ ਸੁਣੀ ਆ ਕੋਈ ਵੀ ਬੰਦਾ ਬੰਦੇ ਨੂੰ ਗੱਲ ਤੋਂ ਪਤਾ ਲੱਗ ਜਾਂ ਜੇ ਉਹ ਕਰ ਰਿਹਾ ਨਾ ਅਲਬਤਾ ਕਿਸੇ ਜਲਦੀ ਬੰਦਾ ਅੱਛੀ ਗੱਲ ਕਰ ਹੀ ਨਹੀਂ ਸਕਦਾ ਅਸੀਂ ਮੁਸਲਮਾਨ ਨਹੀਂ ਕਰ ਸਕਦੇ ਗਿਲਾ ਹੀ ਕਰਦੇ ਅਸੀਂ ਉਹਦੀ ਗੱਲ ਹੀ ਅੱਛੀ ਸੁਣੀ ਆ 40 ਸਾਲ ਮੈਨੂੰ ਵੀ ਹੋ ਗਿਆ ਕੁਛ ਅਰਸਾ ਹੀ ਪਹਿਲਾਂ ਮਰਿਆ ਹੋਣਾ ਸਾਡੇ ਤੋਂ ਯਾਦ ਸ਼ਾਇਦ ਅਸੀਂ ਉਦੋਂ ਸ਼ੌਂਕ ਕਰਦੇ ਉਹਨੂੰ ਸਾਨੂੰ ਉਹਨੂੰ ਨੌਲੇਜ ਅਤੇ ਅੱਛਾ ਹੀ ਸੀਗਾ ਉਹਨੇ ਹਰ ਕਿਸੇ ਨੂੰ ਹੀ ਦਿੱਤਾ ਜਾਣਾ ਉਹ ਫਿਰ ਇਸ ਲਈ ਜਿਹੜੇ ਨਸਲਾਂ ਰਹੀਆਂ ਨਾ ਸਾਡੇ ਕੋਲ ਉਹ ਸਾਰਿਆਂ ਨੂੰ ਪਤਾ ਬਾਬਾ ਸਦੀਕ ਸੀਗਾ ਉਹ ਹੁਣ ਫੌਤ ਹੋਇਆ ਉਹਨੂੰ ਸਾਰਾ ਪਤਾ ਸੀ ਬਾਬਾ ਸਦੀਕ ਲੁਹਾਰ ਅੱਛਾ ਜੀ ਉਹ ਸਾਡੇ ਨਾਲ ਤਲੁਕਾ ਸੀ ਉਦੋਂ ਫਿਰ ਸਾਰਾ ਪਤਾ ਸੀ ਬਾਕੀ ਵੀ ਇਹ ਉਹ ਖੁਦ ਸਾਡੇ ਕੋਲੋਂ ਲੈ ਕੇ ਜਾਂਦਾ ਰਿਹਾ ਬਾਜ਼ਗਰ ਬਾਬੇ ਸੁਲੇਮਾਨ ਉਹਨੇ ਬਾਜ਼ੀਆਂ ਵੀ ਛੱਡੀਆਂ ਸਦੀਕ ਲੁਹਾਰ ਬੜੀਆਂ ਹੋ ਗਈਆਂ ਸੁਣਿਆ ਔਰ ਜਿੱਤਿਆ ਵੀ ਸਦੀਕ ਲੁਹਾਰ ਬਾਬਾ ਸੁਲੇਮਾਨ ਹਾਰ ਜਾਂਦਾ ਸੀ ਹਾਂਜੀ ਹਾਰ ਜਾਂਦਾ ਸੀ ਕਬੂਤਰ ਵੀ ਬਾਬੇ ਵਾਲੇ ਸਦੀਕ ਕੋਲ ਸਨ ਅਤੇ ਸਦੀਕ ਬਾਬੇ ਕੋਲ ਹੀ ਉਹੀ ਕਬੂਤਰ ਸੀ ਅੱਛਾ ਜੀ ਉਹਨੇ ਕਦੀ ਨਾ ਗੁੱਸਾ ਕੀਤਾ ਨਾ ਦਰਵੇਸ਼ ਬੰਦਾ ਉਹ ਸਾਨੂੰ ਇਸ ਲਈ ਪਤਾ ਸੀ ਇਹਨਾਂ ਕਾਲੇ ਚੀਨੇ ਦੀ ਰਾਕਟਾਂ ਦੀ ਲਾਲ ਚੀਨੇ ਦੇ ਸ਼ਾਖ ਅੱਛਾ ਸਾਨੂੰ ਇਹ ਪਤਾ ਹੀ ਨਹੀਂ ਵੀ ਚਾਰੇ ਨਸਲਾਂ ਮੁਖਤਲਿਫ ਸੀ ਅੱਛਾ ਇਹਨਾਂ ਦੇ ਚਾਰਾਂ ਨਸਲਾਂ ਦੇ ਮੁਖਤਲਿਫ ਕਰਦਾਰ ਸੀ ਅੱਛਾ ਅਤੇ ਹੈ ਚੰਗੇ ਸੀ ਹੈ ਬਹੁਤ ਅੱਛੇ ਸੀ ਹਾਂ ਬਹੁਤ ਦੌਰ ਤੱਕ ਮਾਰ ਵੀ ਗੈਰਤ ਵੀ ਹੈਗੀ ਸੀ ਕਬੂਤਰਾਂ ਦੀ ਕਬੂਤਰ ਬਹਿੰਦੇ ਨਹੀਂ ਸੀ ਨਹੀਂ ਤਾਂ ਅਗਰ ਪੜਾਕੀ ਲਾਓ ਨਾ ਤਾਂ ਕਬੂਤਰ ਥੱਕ ਦੇਣੀ ਅਗਲਾ ਜੇ ਘਰ ਕਬੂਤਰਾਂ ਹੀ ਨਹੀਂ ਜਾਂਦੇ ਕਬੂਤਰ ਚੰਗੇ ਜਾਂਦੇ ਠੀਕ ਹੁਣ ਨਸਲਾਂ ਜਿਹੜੀਆਂ ਇਹਨਾਂ ਦੇ ਵਿੱਚੋਂ ਲੋਕਾਂ ਨੇ ਕੋਈ ਮਿਲ ਗਿਆ ਉਹਦੇ ਨਾਲ ਕੁਛ ਹੋਰ ਪਾ ਲਿਆ ਕੋਈ ਹੋਰ ਪਾ ਲਿਆ ਹੁਣ ਕਬੂਤਰਾਂ ਦੀ ਨਸਲ ਜ਼ਿਆਦਾ ਜਦੀਦ ਹੈ ਕਬੂਤਰ ਮਿਆਰੀ ਬਣ ਗਏ ਹੁਣ ਤਾਂ ਪਹਿਲਾਂ ਤੁਸੀਂ ਇਹ ਦੇਖੋ ਕਿਤੇ ਵੀ ਚਲੇ ਜਾਓ 5 ਵਜੇ ਤੋਂ ਪਹਿਲਾਂ ਦੇ ਕਬੂਤਰ ਇੱਕ ਅੱਧਾ ਬਹਿੰਦਾ ਇੱਕ ਅੱਧਾ ਹੁਣ ਕਬੂਤਰ ਸਭ ਤੋਂ 5 ਵਜੇ ਤੋਂ ਆਖਰੀ ਟਾਈਮ 'ਤੇ ਹਾਰਦੇ ਉਹ ਤਾਂ ਜਦੋਂ ਵੱਜਦੇ ਨੇ 4 ਵਜੇ ਤੋਂ ਬਾਅਦ ਤੁਸੀਂ ਸਮਝ ਲਓ ਉਦੋਂ ਡਿੱਗਣੇ ਕਬੂਤਰ ਉਦੋਂ ਬਹਿਣੇ ਸ਼ੁਰੂ ਪਹਿਲਾਂ ਬਹਿੰਦੇ ਕੋਈ ਕਿੰਨੀ ਪਰਵਾਹ ਪਹਿਲੇ ਵਕਤਾਂ ਉਸਤਾ ਜੀ ਤੁਹਾਡਾ ਬਹੁਤ ਅੱਛਾ ਤਰ ਉਦੋਂ ਕਿਹੜੇ ਕਿਹੜੇ ਟਾਈਮਾਂ 'ਚ ਹਾਰਦੀਆਂ ਧੁੰਦੀ ਸੀ ਲੋਵਾਂ ਚੱਲਦੀਆਂ ਸੀ ਮੂੰਹਾਂ 'ਤੇ ਕੱਪੜੇ ਆਵਾਮ ਲੈਂਦੀ ਸੀ ਉਦੋਂ ਜੀ ਅਸੀਂ ਬੜੀ ਬੜੀ ਬਾਜੀ ਉਡਾਈ ਅਤੇ 9-8 ਵਜੇ 8:30-9 ਵਜੇ 9 ਵਜੇ ਵੀ ਹਾਰਦੇ ਸਾਢੇ 10 ਵਜੇ ਮੁੱਢ ਉਦੋਂ ਕਿੰਨੇ ਕਿੰਨੇ ਹੁੰਦੇ ਸੀ ਉਦੋਂ ਤਕਰੀਬਨ ਅਸੀਂ ਜਦੋਂ ਮੈਂ ਸ਼ੁਰੂ ਹੋ ਕੀਤਾ ਉਹਨਾਂ ਤੋਂ 50 ਰੁਪਈਏ ਦੜੇ ਦਾ ਮੁੱਢ ਬਹੁਤ ਹੁੰਦਾ ਅੱਛਾ ਜੀ ਪਹਿਲਾਂ ਦੜਾ ਕਿਹੜੇ ਜਗ੍ਹਾ 'ਤੇ ਡਾਇਆ ਸੀ ਮੈਂ ਸਭ ਤੋਂ ਪਹਿਲਾਂ 4 ਦੇ ਵਜੇ ਆਪਣੇ ਉਸਤਾਦ ਦੇ ਨਾਂ 'ਤੇ ਛੱਡਿਆ ਸੀ ਅੱਛਾ ਜੀ ਉਸਤਾਦ ਪਾਕ ਦੇ ਨਾਂ ਹਾਂ ਬੱਚਾ ਛੱਡਿਆ ਸੀ ਮੈਂ
थोड़ा जिहा उड़दा सीगा ते शहर के 17-27 कबूतर उड़े सीगे साढ़े यानी कि शहर के होया भी नहीं कभी चीचा उतनी का डॉन वो होगा जिहड़ा चार चो जित गया पुरानी चीचा उतनी तो लैके चीचा उतनी सारे कबूतर उड़े मैं फिर उस्ताद उन्होंने नाँ से बच्चा छड़े उ 6 बजे जो कुछ मिनट रेंदे जितया तो रात बैठा ਉੱਥੋਂ ਫਿਰ ਮੈਨੂੰ ਸ਼ੌਂਕ ਪਿਆ ਉੱਥੋਂ ਤੁਹਾਨੂੰ ਸ਼ੌਂਕ ਵੱਧ ਗਿਆ ਸ਼ੌਂਕ ਤਾਂ ਬਹੁਤ ਦੇਰ ਦਾ ਸੀਗਾ ਉਦੋਂ ਮੈਂ ਆਪਣੇ ਹੱਥ ਨਾਲ ਜਾਨਵਰ ਛੱਡਿਆ ਸੀਗਾ ਸਾਧ ਉਹਨਾਂ ਨੇ ਮੈਨੂੰ ਦਵਾਈ ਲਪੇੜ ਕੇ ਦਿੱਤੀ ਲੈ ਵੀ ਇੱਦਾਂ ਇੱਦਾਂ ਕਰਕੇ ਨਾ ਦਿੱਤੀ ਉਦੋਂ ਐਕਸਚੇਂਜ ਨਵੀਂ ਨਵੀਂ ਬਣੀ ਸੀ ਟੈਲੀਫੋਨ ਜਦੋਂ ਪਿੰਡਾਂ 'ਚ ਕਰਦੇ ਹੁੰਦੇ ਸੀ ਵੀ ਯਾਰ ਨਾ ਬੁਲਾਇਓ ਫਲਾਣੇ ਨਾਲ ਗੱਲ PTCL ਦੀ ਉਸ ਦੌਰ ਦੀ ਗੱਲ ਉਹ ਤੋਂ ਬਾਅਦ ਫਿਰ ਜੂੰ ਚੱਲੇ ਆ ਉਹ ਰੱਬ ਨੇ ਕਈ ਜਗ੍ਹਾ 'ਤੇ ਬੜੀ ਬੜੀ ਚੰਗੀ ਫਤਿਹ ਦਿੱਤੀ ਹਰੇ ਵੀ ਬਹੁਤ ਆ ਪਰ ਅੱਲਾਹ ਤਾਲਾ ਨੇ ਜੇਤ ਬਹੁਤ ਹੀ ਦਿੱਤੀ ਮਾਸ਼ਾਅੱਲਾ ਬਹੁਤ ਤੁਹਾਡਾ ਨਾਂ ਸੁਣਿਆ ਲੋਕ ਜੀ ਇੱਜ਼ਤ ਕਰਦੇ ਜੀ ਅਸੀਂ ਉਹਨਾਂ ਦੀ ਕਰਦੇ ਅਸੀਂ ਉਹਨਾਂ ਤੋਂ ਖੁਸ਼ ਹੁੰਦੇ ਯਾਰ ਸਾਡੀ ਇੱਜ਼ਤ ਕਰਦੇ ਬਾਕੀ ਬੰਦੇ ਦੀ ਕੋਈ ਫਨਕਾਰੀ ਨਹੀਂ ਨਹੀਂ ਉਸਤਾਦ ਜੀ ਮਾਸ਼ਾਅੱਲਾ ਮੈਂ ਜਿਹੜੀ ਜਗ੍ਹਾ 'ਤੇ ਗਿਆ ਮੈਂ ਬੰਦੇ ਦਾ ਬਹੁਤ ਜਗ੍ਹਾ 'ਤੇ ਇੰਟਰਵਿਊ ਕੀਤਾ ਜੀ ਮਾਸ਼ਾਅੱਲਾ ਸਭ ਅੱਛਿਆਂ ਉਸਤਾਦਾਂ ਦੇ ਕੀਤਾ ਬਹੁਤ ਅੱਛਾ ਪਿਆਰ ਦਿੱਤਾ ਉਹਨਾਂ ਬੜੀ ਅੱਛੀ ਜਿਹੜੇ ਬੰਦੇ ਕੋਲ ਜਿਹੜੀ ਗੱਲ ਪੁੱਛੀ ਉਸਤਾਦ ਜੀ ਉਹਨਾਂ ਦਿੱਤੀ ਬਾਕੀ ਤੁਹਾਡੀ ਤਰੀਫ ਮੈਂ ਬਹੁਤ ਜਗ੍ਹਾ ਸੁਣੀ ਤੁਹਾਡੇ ਸ਼ਾਗਿਰਦਾਂ ਕੋਲੋਂ ਹਰ ਬੰਦਿਆਂ ਕੋਲ ਉਸਤਾਦਾਂ ਕੋਲੋਂ ਵੀ ਅਤੇ ਜਿਹੜਾ ਵੀ ਉਸਤਾਦ ਹੈ ਕਿਸੇ ਦਾ ਸਾਰਿਆਂ ਭਰਾਵਾਂ ਨੂੰ ਮੇਰੀ ਇੱਕ ਰਿਕੁਐਸਟ ਹੈ ਕਿ ਉਸਤਾਦ ਕਿਸੇ ਦਾ ਵੀ ਉਹਦੀ ਕਦਰ ਕਰੋ ਉਸਤਾਦ ਦਾ ਬਹਿਸ ਨਾ ਕਰੋ ਠੀਕ ਹੈ ਬੁਰਾ ਨਾ ਕਹੋ ਜੇ ਤੁਸੀਂ ਕਿਸੇ ਦੇ ਉਸਤਾਦ ਨੂੰ ਬੁਰਾ ਕਰੋਗੇ ਤਾਂ ਤੁਸੀਂ ਵੀ ਇਨਸ਼ਾਅੱਲਾ ਜੇਤ ਵਾਲੇ ਪਾਸੇ ਨਹੀਂ ਜਾਓਗੇ ਉਸਤਾਦ ਪਾਕ ਨੇ ਜੀ ਉਸਤਾਦਾਂ ਦੀ ਅਸੀਂ ਸਾਡੇ ਉਸਤਾਦਾਂ ਤਰ੍ਹਾਂ ਕਦਰ ਕਰਨੇ ਆ ਜੀ ਠੀਕ ਹੈ ਬਹੁਤ ਅੱਛੇ ਨੇ ਬਾਬਾ ਸਦੀ 88-12 ਵਾਲਾ ਹੋ ਗਿਆ ਉਹ ਵੀ ਸਾਡੇ ਬਜ਼ੁਰਗ ਨੇ ਉਸਤਾਦ ਪਾਕ ਨੇ ਉੱਧਰ ਉਸਤਾਦ ਔਰ ਵੀ ਸਾਡੇ ਉਸਤਾਦ ਨੇ ਜੀ ਉਸਤਾਦ ਕੋਈ ਵੀ ਕਿਸੇ ਦਾ ਉਹਨੂੰ ਉਸਤਾਦ ਦੀ ਕਦਰ ਸਮਝੋ ਅਤੇ ਬਾਬੇ ਸ਼ਫੀ ਸਦੀ ਹੋਰਾਂ ਨੇ ਸ਼ੌਕ ਸ਼ੁਕ ਕੀਤਾ ਸੀ ਸਾਂਝਾ ਕੇ ਸਦੀ ਨੇ ਜੀ ਸਦੀ ਨੇ ਸਾਂਝਾ ਸ਼ੌਂਕ ਤਾਂ ਨਹੀਂ ਹੋਇਆ ਉਸ ਤਰ੍ਹਾਂ ਦੋਸਤਾਨੀ ਹੈ ਜੇ ਉਹ ਕੁਦਰਤੀ ਜਦੋਂ ਵੀ ਉੱਡੇ ਤਾਂ ਮੁਖਾਲਫ ਹੀ ਉੱਡੇ ਅਤੇ ਜਦੋਂ ਤੁਹਾਡੇ ਆਪਸ ਮੁਖਾਲਫ ਹੀ ਉੱਡੇ ਨੇ ਅਤੇ ਕੀ ਰਿਜ਼ਲਟ ਦੇ ਰਿਹਾ ਰਿਜ਼ਲਟ ਕਦੀ ਉਹ ਵੀ ਜਿੱਤਦੇ ਅਸੀਂ ਵੀ ਜਿੱਤਦੇ ਰਹੇ ਜਾਨਵਰ ਚੰਗੇ ਉੱਡੇ 40-10-10-20 ਜਿੰਨੇ ਵੀ ਕਬੂਤਰ ਉੱਡੇ ਆਏ ਨੇ ਤੁਹਾਡੇ ਹੀ ਵਾਸਤੇ 6 ਦਿਨ ਵੀ ਉੱਡੇ ਕਬੂਤਰ ਉਹਨਾਂ ਨਾਲ ਅੱਛਾ ਜੀ ਸਾਵੇਂ ਹੋ ਗਿਆ ਜਵੇਦ ਮੁੰਡਾ ਜਿਹੜਾ ਆਪਣੀ ਕਦਰ ਇੱਜ਼ਤ ਕਰਦਾ ਸੀ ਹਾਂਜੀ ਯਾਨੀ ਕਿ ਬਚਪਨ ਤੋਂ ਯਾਨੀ ਕਿ ਸਾਡੀ ਸੀ ਉਹਨੇ ਕਿਹਾ ਸਾਹ ਜੀ ਮੈਂ ਬਾਣ ਲੱਗਾ ਹਾਂਜੀ ਅਤੇ ਜਿੱਦਾਂ ਤੁਸੀਂ ਮੈਂ ਕਿਹਾ ਤੂੰ ਬਿਠਾਈ ਲੈਣਾ ਸਾਨੂੰ ਉਹ ਬਾਬੇ ਸਦੀ ਦਾ ਸ਼ਗਿਰਦ ਸੀ ਹਾਂ ਬਾਬਾ ਠੀਕ ਹੈ ਤੁਸੀਂ ਤੁਹਾਡਾ ਸ਼ਗਿਰਦ ਸੀ ਤੁਸੀਂ ਕਬੂਤਰ ਛੱਡੇ ਮੈਂ ਇਹ ਉਦੋਂ ਇਮਰਾਨ ਦੇ ਯਾਦ ਆ ਜੋ 7ਵੇਂ ਦਿਨ ਕਬੂਤਰੀ ਬੱਚੇ ਤੋਂ ਜਿੱਤਣ ਦੇ ਸੀ ਜਦੋਂ ਫਿਰ ਮੈਂ ਇਹਨੇ ਕਿਹਾ ਬਾਲੇ ਮਸੂਰ ਦਾ ਮਸੂਰਾਂ ਦੇ ਲਾਏ ਸੀ ਬੱਚਾ ਯਾਦ ਆ ਨਾ ਮੈਂ 6ਵੇਂ 7ਵੇਂ ਦਿਨ ਦੀ ਗੱਲ ਸੀ 7ਵੇਂ ਦਿਨ ਦੀ ਗੱਲ ਠੀਕ ਹੈ ਨਾਲੇ ਜੀ ਕਿਸੇ ਬੰਦੇ ਨੂੰ ਨਾ ਇੱਕ ਤਕੱਬਰ ਅਤੇ ਗਰੂਰ ਨਹੀਂ ਕਰਨਾ ਚਾਹੀਦਾ ਇਹ ਜੇਤ ਹਾਰ ਤੁਸੀਂ ਇਹ ਨਹੀਂ ਕਹਿਣਾ ਜੀ ਦਾਅਵਾ ਨਹੀਂ ਕਰਨਾ ਚਾਹੀਦਾ ਦੇਖੋ ਅੱਲਾਹ ਤਾਲਾ ਇਹ ਚੀਜ਼ 'ਚ ਨਾਰਾਜ਼ ਹੈ ਇਹ ਸ਼ੌਂਕ ਆ ਸ਼ੌਂਕ ਸੱਜਣਾ ਨਾਲ ਹੁੰਦਾ ਦੁਸ਼ਮਣਾਂ ਨਾਲ ਦੁਸ਼ਮਣਾਂ ਨਾਲ ਤੁਸੀਂ ਇੱਕ ਟਾਈਮ ਹਾਰ ਵੀ ਜਾਂਦੇ ਹੋ ਇੱਕ ਟਾਈਮ ਜਿੱਤ ਵੀ ਜਾਂਦੇ ਤੁਸੀਂ ਮਿਲ ਬੈਠ ਕੇ ਦਾਅਵਤ ਨਾ ਰੱਖੋ ਤੁਸੀਂ ਜ਼ੋਰ ਲਾਓ ਤੁਸੀਂ ਇਹ ਕਹੋ ਵੀ ਇਨਸ਼ਾਅੱਲਾ ਯਾਰ ਮੈਂ ਜਿੱਤ ਕੇ ਛੱਡਣਾ ਕਬੂਤਰ ਮੈਂ ਆਪਣੇ ਦਿਲ ਲਈ ਮੇਰਾ ਜਾਨਵਰ ਨੇ ਦੱਸਿਆ ਵੀ ਮੈਂ ਜਿੱਤਣਾ ਇਹ ਨਹੀਂ ਕਹਿਣਾ ਮੈਂ ਜਾ ਜਿੱਥੇ ਮਰਜ਼ੀ ਭਾਜਾ ਮੈਂ ਹੀ ਜਿੱਤੂ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸੀ ਅੱਲਾ ਦੇ ਹੁਕਮ ਨਾਲ ਅੱਲਾ ਦਾ ਹੁਕਮ ਵਿੱਚ ਲਾਜ਼ਮੀ ਹੋਣਾ ਚਾਹੀਦਾ ਤੁਸੀਂ ਜਿੱਤੋ ਇਨਸ਼ਾਅੱਲਾ ਬੜੀ ਬੜੀ ਜਗ੍ਹਾ ਸ਼ੌਂਕ ਕੀਤਾ ਕਦੀ ਮੈਂ ਤਾਂ ਜਾਂਦਾ ਹੀ ਨਹੀਂ ਹੁੰਦਾ ਜਾਨਵਰ ਬਾਜੀ ਛੱਡ ਕੇ ਸਰ ਘੱਟ ਹੀ ਦੇਖੀਆਂ ਬਾਜੀ ਮੈਂ ਅਰਸਾ ਦਰਾਜ਼ ਸ਼ੌਂਕ ਕਰਦਾ ਮੈਂ ਘਰ ਵੀ ਬਾਜੀ ਛੱਡੀ ਆ ਨਾ ਦੁਕਾਨ ਖੋਲ੍ਹੀ ਅਤੇ ਸ਼ਾਮ ਨੂੰ ਪਿਛਲੇ ਟਾਈਮ ਆ ਕੇ ਦੇਖਣਾ ਦਿੰਦੀ ਬਾਜ਼ੀਆਂ ਉਡਾਈਆਂ ਬੜੀਆਂ ਬੜੀਆਂ ਬਾਜੀ ਕਦੀ ਆਪ ਬਹੁਤ ਘੱਟ ਦੇਖੀ ਜੇ ਸਾਨੂੰ ਲੋਕ ਬਾਜੀ ਛੱਡ ਕੇ ਸਾਰਾ ਦਿਨ ਬਾਜੀ ਮਿਲਣ ਲੱਗੇ ਕਿਉਂਕਿ ਮੇਰਾ ਤਾਂ ਦੁਕਾਨਦਾਰੀ ਵੀ ਸੀ ਕਾਰੋਬਾਰ ਜੀ ਐਸਾ ਸੀ ਉਹ ਐਸ ਨਾਲ ਆਪਣੇ ਸ਼ੌਂਕ ਦੇ ਵਿੱਚ ਬਾਹਰ ਨਿਕਲ ਗਿਆ ਕਈਆਂ ਦੇ ਵਿੱਚ ਛੱਡਣ ਲੱਗ ਗਿਆ ਕਈਆਂ ਤੋਂ ਕਈ ਹੋ ਗਿਆ ਫਿਰ ਸ਼ਗਿਰਦ ਵੀ ਹੋਣੇ ਸ਼ੁਰੂ ਹੋ ਗਿਆ ਉਹ ਫਿਰ ਇਨਸਾਨ ਕੋਈ ਵੀ ਹੈ ਨਾ ਤਰੱਕੀ ਵੱਲ ਨੂੰ ਜਾਂਦਾ ਕੋਈ ਵੀ ਸ਼ਿਕਾਰੀ ਹੈ ਨਾ ਮੈਨੂੰ ਦੇਖਦਾ ਯਾਰ ਮੇਰਾ ਸ਼ੌਂਕ ਹੈ ਮੇਰੀਆਂ ਬਾਜ਼ੀਆਂ ਕਿਹੜਾ ਬੰਦਾ ਯਾਰ ਇਹਨੂੰ ਕਲੀਅਰ ਕਰੇਗਾ ਉਹਦੀ ਕੋਸ਼ਿਸ਼ ਇਹ ਹੋਊਗੀ ਮੈਂ ਚੰਗੇ ਤੋਂ ਚੰਗੇ ਨੂੰ ਲਿਆਵਾਂ ਚਾਹੇ ਪੈਸੇ ਲਾ ਕੇ ਲਿਆਵਾਂ ਅਤੇ ਅਸੀਂ ਮਾਸ਼ਾਅੱਲਾ ਐਸੇ ਕਿ ਬੜੇ ਅੱਛੇ ਅੱਛੇ ਦੋਸਤ ਐਸੇ ਜਿਹਦੇ ਨਾਲ ਮੁਖਲਸ ਹੋਵੇ ਚੱਲੇ ਬਾਜ਼ੀਆਂ ਵੀ ਉਡਾਈਆਂ ਅਤੇ ਜਿੱਤੇ ਵੀ ਹੈ ਅਤੇ ਅੱਲਾ ਨੇ ਜੇਤ ਬਹੁਤ ਦਿੱਤੀ ਹੈ ਬਾਕੀ ਇਹ ਵੀ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਕਿਸੇ ਨੂੰ ਬੁਰਾ ਨਾ ਕਰ ਇੱਕ ਸਾਥ ਤੋਂ ਇੱਕ ਵਕਤ ਉੱਤੇ ਹੁੰਦਾ ਉਹ ਹਰਦਾ ਨਹੀਂ ਇੱਕ ਵਕਤ ਉਹ ਹੁੰਦਾ ਕਦੀ ਜਿੱਤਿਆ ਨਹੀਂ ਜਿੱਤਿਆ ਅਤੇ ਬਾਅਦ ਕਾ ਕੋਈ ਐਸੇ ਨਸੀਬ ਇਨਸਾਨ ਦੇ ਮੈਂ ਗਏ ਉਹ ਕਦੀ ਹਰਿਆ ਹੀ ਨਹੀਂ ਸਦਾ ਅੱਲਾਹ ਤਾਲਾ ਉਹਨੂੰ ਫਤਿਹ ਦਿੰਦੀ ਕੋਈ ਜਾਨਵਰ ਨੂੰ ਫਤਿਹ ਹੁੰਦੀ ਹੈ ਕੋਈ ਇਨਸਾਨ ਨੂੰ ਅੱਛਾ ਉਸਤਾਦ ਜੀ ਤੁਹਾਡੀ ਗੱਲ ਟੋਕਣਾ ਜਿਹੜੇ ਸ਼ਿਕਾਰੀ ਇੱਕ ਸੀਜ਼ਨ ਬਹੁਤ ਬਾਜ਼ੀਆਂ ਜਿੱਤਦੇ ਨੇ ਦੂਜੇ ਸੀਜ਼ਨ ਉਹ ਉਡਾਉਂਦੇ ਨੇ ਕਬੂਤਰ ਵੀ ਚੰਗੇ ਉੱਡਦੇ ਨੇ ਵਾਰੀਆਂ 'ਚ ਚੰਗੇ ਉੱਡਦੇ ਨੇ ਅਤੇ ਬਾਜ਼ੀ ਉਡਾਉਂਦੇ ਨੇ ਅਤੇ ਅਰਦੇ ਹੀ ਰਹਿੰਦੇ ਨੇ ਜਿੱਤਦੇ ਨੇ ਹਾਰ ਵਾਲੇ ਪਾਸੇ ਉਹਨਾਂ ਨੂੰ ਇਹ ਦੇਖੋ ਜੀ ਜਦੋਂ ਬੰਦਾ ਤਕੱਬਰ 'ਚ ਆ ਜਾਂਦਾ ਨਾ ਫਿਰ ਅੱਲਾਹ ਤਾਲਾ ਦੀ ਮਾਰ ਵੀ ਹੁੰਦੀ ਹਾਂਜੀ
ਗੁਰੂ ਕੰਮ ਚ ਭਾਵੇਂ ਅੱਛੇ ਚ ਲਾ ਲਓ ਚਾਹੇ ਬਾਰੇ ਉਹ ਗਰੂਰ ਦੇ ਵਿਚਾਰ ਅੱਛਾ ਅੱਲਾਹ ਤਾਲਾ ਨੂੰ ਚੀਜ਼ਾਂ ਪਸੰਦ ਨਹੀਂ ਠੀਕ ਹੋ ਗਏ ਤੁਸੀਂ ਸ਼ੌਂਕ ਕਰੋ ਉਹਦੇ ਹੱਥ ਤੱਕ ਕਿਸੇ ਦਾ ਖੂਨ ਨਾ ਜਲਾਓ ਕਿਸੇ ਨੂੰ ਦੁੱਖ ਨਾ ਦਿਓ ਬਾਕੀ ਇਹ ਵੀ ਕੋਸ਼ਿਸ਼ ਕਰੋ ਨਹੀਂ ਕਿ ਯਾਰ ਹੋਰ ਤਕੜਾ ਹੀ ਆ ਅੱਛਾ ਅਤੇ ਜਿਹੜੇ ਬਾਬਿਆਂ ਦੇ ਕਬੂਤਰ ਸੀ ਤੁਹਾਨੂੰ ਪਤਾ ਤੁਸੀਂ ਆਪ ਵੀ ਕੋਈ ਉਡਾਏ ਨੇ ਅਜਮਾਏ ਨੇ ਮੇਰੇ ਕੋਲ ਮੈਂ ਅੱਜ ਤੱਕ ਕਬੂਤਰ ਉਹਨਾਂ 'ਚੋਂ ਪੜ ਰਿਹਾ ਅੱਛਾ ਹੁਣ ਤਾਂ ਤੁਸੀਂ ਕਹੋ ਨਾ ਕਿਸੇ ਕੋਲ ਪਿਓਰ ਬਾਬੇ ਵਾਲੇ ਪਏ ਆ ਗਲਤ ਗੱਲ ਆ ਕਬੂਤਰ ਆਪਣੇ ਇਲਾਕੇ ਦੇ ਵਿੱਚ ਜ਼ਿਆਦਾਤਰ ਉੱਡੇ ਅਤੇ ਰਾਣੇ ਮਨਜੂਰ ਦੇ ਕਬੂਤਰ ਉੱਡੇ ਆ ਲੈਪੁਰੀ ਅਤੇ ਬਾਬੇ ਸੁਨੇਹ ਮੈਂ ਇਹਨਾਂ ਦਾ ਕਰਾਸ ਪਾ ਕੇ ਮੇਰੇ ਕੋਲ ਜਦੀਦ ਨਸਲ ਬਣਦੀ ਆ ਉਹ ਆਲ ਰਾਊਂਡਰ ਉੱਡੇ ਕਬੂਤਰ ਜੇ ਬਾਹਰ ਟਿਕ ਗਿਆ ਨਾ ਤਾਂ ਮਾਸ਼ਾਅੱਲਾ ਉਹ ਜਿੱਤ ਕੇ ਆਏ ਜੇ ਨਿਕਲ ਗਿਆ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਘਰ ਲੱਭਣ ਦੀ ਨਹੀਂ ਤਾਂ ਆਉਂਦੇ ਉੱਥੇ ਹੀ ਆਉਂਦੇ ਉੱਥੇ ਹੀ ਚੰਗੇ ਕਬੂਤਰ ਯਾਨੀ ਕਿ ਮੈਰੀ ਆਪਣੀ ਹਿਸਾਬ ਦੇ ਹੁਣ ਤਾਂ ਆਪਣੇ ਐਸੇ ਐਸੇ ਦੋਸਤ ਉਹਨਾਂ ਕੋਲ ਬੜੇ ਚੰਗੇ ਪਰ ਜਦੋਂ ਮੈਂ ਆਪਣੇ ਕੋਈ ਦਿਲ ਕੀਤਾ ਨਾ ਲਿਆ ਤਾਂ ਮੈਂ ਆਪਣੇ ਜਾਨਵਰਾਂ ਨੇ ਛੱਡਿਆ ਮੈਨੂੰ ਨਹੀਂ ਚੰਗਾ ਲੱਗਾ ਮੈਨੂੰ ਆਪਣੇ ਬੜੇ ਪਸੰਦ ਆਏ ਜਾਨਵਰਾਂ ਦੀ ਲੋਕ ਲੋਕੇਸ਼ਨ ਸੀ ਜਾਨਵਰ ਜਿਹੜਾ ਦੇਖੋ ਜੀ ਉਹੀ ਜਾਨਵਰ ਚੰਗਾ ਹੁੰਦਾ ਜਿਹੜਾ ਬਾਲਕ ਦਾ ਕਹਿਣਾ ਹੁੰਦਾ ਨਹੀਂ ਆਪ ਜਿਸਮ ਹੋਵੇ ਹਾਂ ਜਿਸਮ ਸਰੀਰ ਹੋਵੇ ਠੀਕ ਹੈ ਐਡੇ ਐਡੇ ਵੱਡੇ ਕਬੂਤਰ ਆਪਾਂ ਨੂੰ ਪਸੰਦ ਨੇ ਅਕਸਰ ਆ ਬੂਰੇ ਵਾਲੇ ਬਹੁਤ ਬੂਰੇ ਦੇ ਇਲਾਕੇ ਦੇ ਕਬੂਤਰ ਕਹਿੰਦੇ ਸਾਡੇ ਬਹੁਤ ਚੰਗੇ ਮੈਂ ਅਕਸਰ ਮਿਲਿਆ ਦੇਖਿਆ ਐਡੇ ਐਡੇ ਕਬੂਤਰ ਖੋਤਿਆਂ ਜਿਹੜੇ ਵੀ ਜੀ ਉਹ ਫਲਾਣਾ ਹੋ ਗਿਆ ਜੀ ਹੋ ਗਿਆ ਸਾਨੂੰ ਲੋਕ ਨਹੀਂ ਪਸੰਦ ਕਬੂਤਰ ਦੇ ਦਰਮਿਆਨ ਜਿਸਮ ਦਾ ਗਰਮੀ ਦਾ ਉੱਡਣ ਵਾਲਾ ਲਚਕਾਂ 'ਚ ਸਾਰੇ ਹੀ ਉੱਡ ਜਾਂਦੇ ਕਲਫ ਪਲੀਟ ਬਹੁਤ ਬੂਰੇ ਵਾਲੇ ਮਸ਼ਹੂਰ ਰਹੀ ਹੈ ਇਹ ਜੀ ਬਸ ਗੱਲਾਂ ਹੀ ਹੈ ਜੀ ਸਾਰੀਆਂ ਮੈਂ ਸੁਣਨ 'ਚ ਰਾਣੇ ਮਨਜੂਰ 'ਚੋਂ ਰਾਣੇ ਮਨਜੂਰ ਦੇ ਕਬੂਤਰਾਂ 'ਚੋਂ ਕਲਫ ਪਲੀਟ ਕੱਢੀ ਹੈ ਨਾ ਸਿਰਫ ਇਹ ਜਿਹੜੇ ਵਟਸਐਪ 'ਤੇ ਬਟੂ ਆ ਚੱਲੀਆਂ ਨਾ ਗੱਲਾਂ ਸੀ ਰਾਣੇ ਮਨਜੂਰ ਦੇ ਸ਼ਾਖ ਕਬੂਤਰ ਸੀ ਚੰਗੇ ਉਹ ਮਹਿੰਦੀ ਲਾਉਂਦਾ ਹੁੰਦਾ ਸੀ ਅਤੇ ਉਹਨੇ ਇੱਕ ਬਗਲ ਕਾਲੀ ਕਰ ਦੇਣੀ ਦੋ ਡੰਡੇ ਪੂਛ 'ਚ ਪਾ ਲਏ ਉਹ ਬਾਹਰ ਵੀ ਉੱਡਦੇ ਸੀ ਘਰ ਵੀ ਉੱਡਦੇ ਚੰਗੇ ਕਬੂਤਰ ਬਾਕੀ ਕਲਫ ਬਲੀਡ ਬਸ ਲੋਕਾਂ ਨੇ ਆਪਣੀ ਫਿਲਮ ਚਲਾਈ ਹੋਈ ਹੈ ਕਬੂਤਰ ਉਹੋ ਜਿਹੀ ਸੀਜ਼ਨ ਦੇ ਜਿਹੜਾ ਉੱਡ ਜੇ ਹੁਣ ਤੁਸੀਂ ਗਰੰਟੀ ਨਹੀਂ ਤੁਸੀਂ ਦੇ ਸਕਦੇ ਅੱਜ ਤੁਹਾਡਾ ਕਬੂਤਰ ਇੱਕ ਸੀਜ਼ਨ ਉੱਡ ਗਿਆ ਅਗਲੇ ਸੀਜ਼ਨ ਉੱਡੂਗਾ ਹੁਣ ਤਾਂ ਉਹ ਬੰਦੇ ਨਹੀਂ ਹੈਗੇ ਅੱਜ ਉਹਨੇ ਗੱਲ ਕਰ ਲਈ ਤੈਨੂੰ ਆਹ ਚੀਜ਼ ਦਊਂਗਾ ਬਾਅਦ 'ਚ ਅਗਲੇ ਸਾਲ ਕਹਿੰਦੇ ਯਾਰ ਮੈਂ ਕਦੋਂ ਕਿਹਾ ਸੀ ਤੈਨੂੰ ਇੱਦਾਂ ਦੇ ਜਾਨਵਰ ਆ ਅੱਗੇ ਉਹ ਜਾਨਵਰ ਸੀ ਨਸਲੀ ਰੱਖੇ ਉਹ ਉਹਨਾਂ ਨੇ ਉੱਡ ਜਾਂਦੇ ਸੀ ਹੁਣ ਇਹ ਆ ਵੀ ਜਾਨਵਰ ਇੱਕ ਸੀਜ਼ਨ ਨਹੀਂ ਵੀ ਉੱਡਦਾ ਇੱਕ ਸੀਜ਼ਨ ਉੱਡਦਾ ਇੱਕ ਬਾਅਦ ਕਰਦੇ ਇੱਕ ਸੀਜ਼ਨ ਕਬੂਤਰ ਉੱਡੇ ਹੀ ਜਾਂਦਾ ਮੇਰੇ ਕੋਲ ਰਹੇ ਦੋ ਤਿੰਨ ਕਬੂਤਰ ਐਸੇ ਜਿਹੜੇ ਮੈਂ ਸੱਤ ਸੱਤ ਸਾਲ ਬਾਜੀਆਂ ਛੱਡੇ ਤੋਂ ਬੇਇੰਤਹਾ ਉੱਡੇ ਉਸ ਤਾਂ ਜੀ ਖੁਰਾਕ ਦੇ ਸਿਰ 'ਤੇ ਉੱਡੇ ਨਾ ਹਫਾਜ਼ਤ ਦੇ ਸਿਰ 'ਤੇ ਹਫਾਜ਼ਤ ਅਤੇ ਖੁਰਾਕ ਜਿਨ੍ਹਾਂ ਨੂੰ ਹਫਾਜ਼ਤ ਖੁਰਾਕ ਨਹੀਂ ਉਹ ਕਿੱਥੇ ਉੱਡਦੇ ਨੇ ਦੇਖੋ ਜੀ ਅਕਸਰ ਲੋਕ ਨਾ ਬਾਜੀਆਂ ਲਾ ਲੈਂਦੇ ਤਾਂ ਜਦੋਂ ਬਾਜੀਆਂ ਨੇੜੇ ਆਉਂਦੇ ਉਦੋਂ ਕਬੂਤਰ ਦੀ ਸਮਾਈ ਕਰਦੇ ਉਦੋਂ ਮੰਗਣਾ ਤੁਰ ਪੈਂਦੇ ਉਦੋਂ ਫਿਰ ਝੋਲਾ ਚੁੱਕ ਲੈਂਦੇ ਆ ਅਦੇ ਹੀ ਮੇਰੀਆਂ ਬਾਜੀਆਂ ਲੱਗ ਗਈਆਂ ਬੰਦਾ ਸਾਲ ਪੂਰਾ ਸ਼ੁਰੂ ਹੋ ਜਾਂਦੇ ਆ ਅਸਲ ਕਬੂਤਰ 12 ਮਹੀਨੇ ਜਿਹੜਾ ਨਾ ਸੇਵਾ ਮੰਗਦਾ ਉਹ ਕਬੂਤਰ ਬਾਜੀ ਕਰ ਸਕਦਾ ਉਹਦਾ ਕਬੂਤਰ ਵੀ ਉੱਡੇਗਾ ਅਤੇ ਉਹਨੂੰ ਜੀਤ ਵੀ ਅੱਛਾ ਜਦੋਂ ਤੁਹਾਨੂੰ ਮੈਂ ਦੱਸ ਦਿੰਦਾ ਦੋ ਗੋਲੀਆਂ ਤਿੰਨ ਦੱਸ ਦਿੰਦਾ ਤੁਸੀਂ ਬਣਾਉਂਦੇ ਹੋ ਤੁਸੀਂ ਇੱਕ ਜਾਨਵਰ ਨੂੰ ਦੇ ਦਿੰਦੇ ਹੋ ਉਹ ਜਾਨਵਰ ਮਰ ਜਾਂਦਾ ਗੋਲੀ ਹੈ ਜਿਹੜੀ ਮੈਡੀਸਨ ਮਾਰਦੀ ਹੈ ਬਚਾਉਂਦੀ ਨਹੀਂ ਇਹ 100% ਕਬੂਤਰ ਨੂੰ ਮਾਰਦੀ ਇਹ ਚੀਜ਼ ਕਿਸੇ ਨੂੰ ਨਹੀਂ ਦੱਸਣੀ ਅੱਛਾ ਜੀ ਅਲਬਤਾ ਦੇ ਤੁਹਾਨੂੰ ਕੋਈ ਹੋਰ ਚੰਗਾ ਮਸ਼ਵਰਾ ਦੇ ਦਿਓ ਸ਼ਿਕਾਰੀਆਂ ਵੇਖਣਾ ਦੇਖੋ ਜੀ ਤੁਹਾਡਾ ਇੱਕ ਤੋਂ ਪਹਿਲੇ ਸਭ ਤੋਂ ਪਹਿਲਾਂ ਨਸਲਦਾਰ ਜਾਨਵਰ ਨਸਲਦਾਰ ਕਬੂਤਰ ਦੀ ਪਰਵਾਜ਼ ਵਾਸਤੇ ਕਬੂਤਰ ਦਾ ਨਸਲੀ ਹੋਣਾ ਅਤੇ ਗੈਰਤ ਖੂਨ 'ਚ ਹੋਣੀ ਚਾਹੀਦੀ ਇਹ ਜ਼ਰੂਰੀ ਅੱਛਾ ਜੀ ਉਹ ਕਬੂਤਰ ਬਾਜੀ ਹੋ ਜਾਂਦਾ ਕਬੂਤਰ ਤੁਸੀਂ ਬਗੈਰ ਗੋਲੀ ਤੋਂ ਠੀਕ ਹੋ ਗਿਆ ਜਿਹੜਾ ਕਬੂਤਰ ਹੈ ਹੁਣ ਕਬੂਤਰ ਹੈ ਹੀ ਲੋਕਾਂ ਕੋਲ ਐਸੇ ਆ ਅੱਛਾ ਜੀ ਅਲਬਤਾ ਦੇ ਜਿਹੜਾ ਕਬੂਤਰ ਤੁਸੀਂ ਬਾਹਰ ਛੱਡਣਾ ਨਾ ਉਹਨੂੰ ਗੋਲੀ ਦੇਣੀ ਨਹੀਂ ਚਾਹੀਦੀ ਅੱਛਾ ਜੀ ਉਹ ਸਾਦਾ ਹੀ ਉਡਾਓ ਉਹਨੂੰ ਸਾਦਾ ਹੀ ਉਡਾਓ ਕਬੂਤਰ ਨੂੰ ਕਬੂਤਰ ਦੀ ਕਰਤਨ ਹੋਣੀ ਜਿਹਦੀ ਉਹ ਕਬੂਤਰ ਤੋਂ ਉੱਡ ਉੱਡ ਕੇ ਮਰ ਜਾਂਦਾ ਹਾਂਜੀ ਦੇਖੋ ਜੀ ਤੁਸੀਂ ਗੋਲੀ ਦੇ ਕੇ ਵੀ ਮਾਰਨਾ ਹੀ ਹੈ ਨਾ ਹਾਂਜੀ ਤੇ ਉਹ ਆਪਣੇ ਆਪ 'ਚ ਉੱਡ ਉੱਡ ਕੇ ਮਰ ਜਾਂਦੇ ਉਹ ਕੀ ਆ ਬਿਲਕੁਲ ਚੰਗਾ ਨਾ ਅੱਛਾ ਜਿਹੜਾ ਜ਼ੋਰ ਮਾਰਦਾ ਜਿਹੜਾ ਜਾਨਵਰ ਅੱਛਾ ਜੀ ਦੋਸਤੋ ਇਨਸ਼ਾਅੱਲਾ ਹੁਣ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਉਸਤਾਦ ਇਜਾਜ਼ ਵਾਲੇ ਕਬੂਤਰਾਂ ਦਾ ਸ਼ੌਕ ਕਰੋ ਜੀ ਅਤੇ ਇਨਸ਼ਾਅੱਲਾ ਸਾਰੇ ਦੋਸਤ ਵੀਰ ਭਰਾ ਸਾਨੂੰ ਐਵੇਂ ਅੱਛੇ ਤਰੀਕੇ ਨਾਲ ਯਾਦ ਕਰੋ ਜੀ ਅਤੇ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੁਹਾਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਕਮੈਂਟ 'ਚ ਲਾਜ਼ਮੀ ਸਾਨੂੰ ਦੱਸਣਾ ਜੀ ਇਨਸ਼ਾਅੱਲਾ ਨਵੀਂ ਵੀਡੀਓ ਲੈ ਕੇ ਦੋਸਤਾਂ ਕੋਲ ਹਾਜ਼ਰ ਹੋਵਾਂਗੇ ਠੀਕ ਹੈ ਹੁਣ ਦੱਸਿਓ ਤੁਹਾਨੂੰ ਵੀਡੀਓ ਕੈਸੀ ਲੱਗੀ ਗੱਲਾਂ ਕੈਸੀਆਂ ਲੱਗੀਆਂ ਇਨਸ਼ਾਅੱਲਾ ਇੱਦਾਂ ਹੀ ਨਵੀਂ ਨਵੀਂ ਅੱਛੀ ਅੱਛੀ ਵੀਡੀਓ ਲੈ ਕੇ ਭਰਾਵਾਂ ਕੋਲ ਹਾਜ਼ਰ ਹੋਵਾਂਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਸਾਨੂੰ ਇਜਾਜ਼ਤ ਦਿਓ ਜੀ ਇਨਸ਼ਾਅੱਲਾ ਨਵੀਂ ਵੀਡੀਓ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਅਤੇ ਸਭ ਦੋਸਤ ਵੀਰ ਭਰਾ ਜਿਹੜੇ ਨੇ ਸਾਨੂੰ ਕਮੈਂਟ 'ਚ ਲਾਜ਼ਮੀ ਦੱਸਣਾ ਵੀਡੀਓ ਅੱਛੀ ਲੱਗੀ ਹੈ ਦੋਸਤਾਂ ਨਾਲ ਸ਼ੇਅਰ ਕਰਨੀ ਲਾਈਕ ਕਰਨੀ ਸਬਸਕ੍ਰਾਈਬ ਕਰਨੀ ਬੈਲ ਆਈਕਨ ਨੂੰ ਪ੍ਰੈੱਸ ਕਰਨਾ
असी इंशाल्लाह आए दी जी वीडियो आए दी गलबात सारी हो गई नवे वीडियो दोस्तों वीर भरा हाजिर होवे।